ਮੈਂ ਇਧਰਲੇ ਹੱਥ ਹੈ ਔਰ ਪਹਿਲਾ ਜਿਹੜਾ ਟੱਚ ਨੇਕੇ ਨੂੰ ਲਾਇਆ ਬਰਗਾੜੀ ਵਾਲੇ ਨੂੰ ਉੱਥੇ ਜੀਤ ਇਟਲੀ ਜੀ ਆਪਾਂ ਧੰਨਵਾਦ ਕਰਾਂਗੇ ਇਸੇ ਤੌਰ ਤੇ ਪੁੱਜਿਆ ਹੋਇਆ ਵਿਦੇਸ਼ਾਂ ਦੀ ਧਰਤੀ ਤੋਂ ਇੱਧਰ ਕਹਿੰਦੇ ਬਹਿਵਲ ਪਿੰਡ ਹੈ ਇਸ ਨੌਜਵਾਨ ਖਿਡਾਰੀ ਦਾ ਇਧਰੋਂ ਕਹਿੰਦੇ ਪਾਈ ਹੋਈ ਕਬੱਡੀ ਦੇ ਨਾਲ ਜੁੜੀਏ ਇਹ ਸੋਨੀ ਹੈ ਬਹਿਵਲ ਪਿੰਡ ਦਾ ਸੋਨੀ ਮੈਦਾਨ ਵਿੱਚ ਅਗਲੀ ਕਬੱਡੀ ਪਾਉਂਦਾ ਹੋਇਆ ਕਿ ਸੀਨੇ ਵਿੱਚ ਸ਼ੇਰ ਜਿਹਾ ਦਿਲ ਹੋਣਾ ਚਾਹੀਦਾ ਜਿੱਥੇ ਰੁਕੀਏ ਵਾਂਗ ਪਹਾੜ ਖਲੋਣਾ ਚਾਹੀਦਾ ਖੇਡ ਕਬੱਡੀ ਕਮਲ ਸਰਾਵਾਂ ਖੇਡ ਦਲੇਰਾਂ ਦੀ ਰੀਸ ਨਹੀਂ ਕੋਈ ਕਰ ਸਕਦਾ ਪੰਜਾਬ ਪੋਤਲਾ ਮੇਰੇ ਵੀਰਿਓ ਮਾਰੋ ਤਾੜੀ ਲੋਗੂ ਨੌਜਵਾਨ ਦਾ ਕਹਿੰਦੇ ਛੋਟਾ ਵੀਰ ਹੈ ਇਧਰੋਂ ਕਹਿੰਦੇ ਮਮਲੇ ਦਾ ਛੋਟਾ ਵੀਰ ਹੈ ਜਿਹੜੇ ਮਹਾਨ ਖਿਡਾਰੀਆਂ ਦੇ ਵਿੱਚ ਨਾਂ ਹੈ ਇਸ ਨੌਜਵਾਨ ਦਾ ਸਭ ਤੋਂ ਛੋਟੀ ਉਮਰ ਦੇ ਵਿੱਚ ਕਹਿੰਦੇ ਲਾ ਤਕੜੇ ਜੱਫੇ ਮੋਟਰਸਾਈਕਲ ਜਿੱਤਣ ਵਾਲਾ ਇਹ ਜਾਫੀ ਸਰਾਵਾਂ ਪਿੰਡ ਦਾ ਲੱਖਾ ਇਸ ਸਮੇਂ ਰੋਪੜੀ ਤਾਲਾ ਇਧਰੋਂ ਨੌਜਵਾਨ ਗੱਭਰੂ ਫੇਰ ਸਾਹੋ ਦੀ ਧਰਤੀ ਹੈ ਕਹਿੰਦੇ ਬਾਬੂ ਰਜਵਲੀ ਦਾ ਪਿੰਡ ਮਸ਼ਹੂਰ ਪਿੰਡ ਹੈ ਜ਼ਿਲ੍ਹੇ ਮੋਗੇ ਨੂੰ ਬਿਲੋਂਗ ਕਰਦਾ ਪਿੰਡ ਹੈ ਔਰ ਸੰਦੀਪ ਕਹਿੰਦੇ ਆ ਮੁੰਡੇ ਨੂੰ ਮਾਰੀ ਪੜਦੇ ਥਾਪੀ ਹੱਥਾਂ ਨੂੰ ਕੱਲੀ ਮੈਦਾਨ ਵਿੱਚ ਸੰਦੀਪ ਸਾਹੋ ਕਹਿੰਦਾ ਵੱਧ ਕੇ ਕਬੱਡੀ ਪਾ ਰਿਹਾ ਚਾਰ ਜਾਫੀ ਮੇਰੇ ਪੰਜਾਬੀ ਵੀਰੋ ਬਰਗਾੜੀ ਪਿੰਡ ਵਾਲੇ ਇਧਰੋਂ ਵੀ ਸੰਦੀਪ ਦਾ ਛੋਟਾ ਵੀਰ ਰਵੀ ਹੈ ਔਰ ਨਾਲ ਨੇਕਾ ਕੰਨੀ ਤੇ ਪਰ ਹੱਥ ਕੇ ਨੂੰ ਲੱਗੇਗਾ ਇਹ ਤੇ ਸਮੇਂ ਨੇ ਦੱਸਣਾ ਹੈ ਕਬੱਡੀ ਸਮੇਂ ਦੀ ਮੁਤਾਜ ਹੈ ਪਰ ਇਧਰੋਂ ਪੈ ਗਿਆ ਨੇਕਾ ਟੁੱਟ ਕੇ ਕਹਿੰਦੇ ਇੱਕ ਮਨਸੂਰ ਵਾਲੀ ਆ ਮਹਾਨ ਖਿਡਾਰੀ ਪਰ ਇਹ ਨੌਜਵਾਨ ਸੰਦੀਪ ਪੁਆਇੰਟ ਆਪਣੀ ਟੀਮ ਦੇ ਲਈ ਜੋੜਦਾ ਹੋਇਆ ਖਾਨ ਦੀ ਕਬੱਡੀ ਮੈਦਾਨ ਵਿੱਚ ਬਰਗਾੜੀ ਵਾਲੇ ਦੀ ਲਓ ਖੇਡ ਮੈਦਾਨ ਦੇ ਵਿੱਚ ਕਬੱਡੀ ਜਿਹੜੀ ਖਾਨ ਨਾਜ਼ੋ ਨੇ ਕਹਿੰਦੀ ਵੀ ਬਰਗਾੜੀ ਵਾਲਾ ਪਾਉਣ ਦੇ ਲਈ ਵਧੇ ਤੇ ਚਾਰ ਜਾਫੀ ਨੇ ਕਬੱਡੀ ਦਾ ਤਕਨੀਕੀ ਮੇਰੇ ਵੀਰੋ ਤਜਰਬੇਕਾਰ ਕਹਿੰਦੇ ਵੀ ਬੋਲਾ ਪਰ ਆ ਨਾਜ਼ੋ ਨੇ ਸਰਾਵਾਂ ਵਾਲਾ ਲਓ ਜਿੱਤਾ ਕੈਦ ਕਰਦਾ ਹੋਇਆ ਖੇਡ ਗਰਾਊਂਡ ਦੇ ਵਿੱਚ ਲੱਗ ਨੂੰ ਕਲਾਮੇ ਪੈਂਦੇ ਨੇ ਲਓ ਮੁੰਡੇ ਦਾ ਵੀਰ ਨੌਜਵਾਨ ਮੇਰੇ ਵੀਰੋ ਪਰ ਭੈਣੀ ਵਾਲਾ ਫੌਜੀ ਵਿਨੇ ਉਸ ਅੰਕ ਦੇ ਕੀ ਫੈਸਲੇ ਕਰੇਗਾ ਅੰਕ ਜਾਫੀਆਂ ਦਾ ਸਰਾਵਾਂ ਪਿੰਡ ਦੀ ਟੀਮ ਦਾ ਚੱਲ ਵੀ ਨੌਜਵਾਨ ਤਾਂ ਕਬੱਡੀ ਸਰਦਾਰ ਟੇਕ ਸਿੰਘ ਫੌਜੀ ਦੇ ਪੁੱਤ ਦੀ ਕਬੱਡੀ ਏ ਕਿੰਨੀ ਵੀ ਸਰਾਵਾਂ ਵਾਲੇ ਅਮਨੇ ਦੀ ਤੇ ਚਾਰ ਜਾਫੀ ਦੇ ਸਾਹਮਣੇ ਬਰਗਾੜੀ ਪਿੰਡ ਵਾਲੇ ਕਿਹੜਾ ਸ਼੍ਰੀ ਮਾਲਾ ਬੱਬਰ ਸ਼ੇਰਪੁਰ ਤੇ ਵਰ ਕੇ ਜੱਫਾ ਲਾਵੇਗਾ ਲੋ ਪਾਈ ਹੋਈ ਕਬੱਡੀ ਤੇ ਬਰਗਾੜੀ ਵਾਲਾ ਰਵੀ ਮੇਰੇ ਵੀਰੋ ਲੋ ਟਰਾਈ ਕਰਦਾ ਖੇਡ ਮੈਦਾਨ ਦੇ ਵਿੱਚ ਜੈਤੋਂ ਵਾਲਾ ਕੇਬਲ ਭਾਊ ਇਸ ਅੰਕ ਨੇ ਕੀ ਫੈਸਲੇ ਕਰਦਾ ਸਰਾਵਾਂ ਵਾਲੀ ਦੀ ਕਬੱਡੀ ਤੇ ਬਰਗਾੜੀ ਵਾਲੇ ਦਾ ਜੱਫਾ ਖੇਡ ਗਰਾਊਂਡ ਦੇ ਵਿੱਚ ਅੰਕ ਜਾਫੀਆਂ ਦਾ ਅੰਕ ਬਰਗਾੜੀ ਪਿੰਡ ਦੀ ਟੀਮ ਦਾ ਚੱਲ ਵੀ ਬਹਿਵਲ ਵਾਲਾ ਤਾਂ ਨੌਜਵਾਨਾਂ ਕਬੱਡੀ ਲਓ ਸੋਨੀ ਬੇਵਲ ਬਹਿਵਲ ਵਾਲੇ ਦੀ ਕਬੱਡੀ ਪੈਂਦੀ ਏ ਖੇਡ ਮੈਦਾਨ ਵਿੱਚ ਕਿ ਡੌਲਿਆਂ ਉੱਤੇ ਮੋਰ ਵਾਲ ਸ਼ੇਰ ਖਣਵਾਏ ਨੇ ਛੀਨੀਆਂ ਨੇ ਪੁੱਤ ਵੇਖੋ ਖੇਡਣ ਕਬੱਡੀ ਆਏ ਨੇ ਬਿਜੜੇ ਦੇ ਆਲੇ ਦੇ ਵਾਂਗੂ ਦੇਹਾਂ ਗੁੰਦੀਆਂ ਐਵੇਂ ਨਹੀਂ ਉਹ ਜੋ ਦਿਆ ਪਿੰਡਾਂ ਵਿੱਚ ਗੱਲਾਂ ਹੁੰਦੀਆਂ ਐਵੇਂ ਨਹੀਂ ਉਹ ਲੰਘੇ ਆਣੀਆਂ ਸੱਥਾਂ ਵਿੱਚ ਗੱਲਾਂ ਹੁੰਦੀਆਂ ਬਾਬਾ ਗੱਜਣ ਸਿੰਘ ਦਾ ਪੋਤਾ ਕਹਿੰਦੇ ਵੀ ਜਾਣ ਵਾਲੇ ਦੇ ਕੱਪਦਾ ਮੋਟਰਸਾਈਕਲ ਜੇਤੂ ਜਾਫੀ ਹੈ ਪਰ ਅੰਕ ਵਹਿਵਲ ਵਾਲੇ ਸੋਨੀ ਦਾ ਵੱਡਾ ਧੰਨਵਾਦ ਮੇਰਾ ਵੀਰੇ ਅਵਤਾਰ ਵਰਾੜ ਲੰਘੇ ਆਣੀਆਂ ਕਹਿੰਦੇ ਵੀ ਖਾਨ ਚਾਂਗ ਦੀ ਧਰਤੀ ਤੇ ਬੈਠਾ ਨਜ਼ਾਰੇ ਲੈਂਦਾ ਸਰਾਵਾਂ ਦੇ ਕਬੱਡੀ ਕੱਪ ਤੇ ਲਓ ਕਬੱਡੀ ਸਾਹੋ ਵਾਲੇ ਸੰਦੀਪ ਦੀ ਕਹਿੰਦੇ ਵੀ ਕਬੱਡੀ ਦੇ ਮੇਰੇ ਵੀਰੋ ਪੰਜਾਬੀ ਦੇ ਨਾਲ ਹੀ ਜੀਤ ਪ੍ਰਧਾਨ ਜੀ ਬਰਗਾੜੀ ਵਾਲੇ ਵੱਡਾ ਧੰਨਵਾਦ ਕਰਦੇ ਇਟਲੀ ਵਾਲਿਆਂ ਦਾ ਬਾਬੂ ਰਾਜਵਲੀ ਦਾ ਪੈਂਡੂ ਪਰ ਆ ਗੁਰਮੀਤ ਮੇਰੇ ਵੀਰੋ ਬਰਗਾੜੀ ਵਾਲਾ ਧਾਵੀ ਦਾ ਲੋਗਲੀ ਗੱਲ ਮਹਿਕ ਤੇ ਅਮਰਗੜ੍ਹ ਦਾ ਦੀਪੂ ਕਰੇਗਾ ਲਾ ਪਾ ਵੀ ਬਲਵਾਨਾ ਨੌਜਵਾਨਾਂ ਇਸ ਗੱਭਰੂ ਦੀ ਬਾਤ ਕਹਿੰਦੇ ਖਾਨ ਪਰਿਵਾਰ ਦਾ ਇਹ ਨੌਜਵਾਨ ਮੁੰਡਾ ਇਸ ਸਮੇਂ ਮਾਖਿਡ ਕਬੱਡੀ ਦੀ ਅਗਲੀ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਉੱਧਰ ਚਾਰ ਜਾਫੀ ਹੈ ਅੱਜ ਸਭ ਖੇਡਾਂ ਦੀ ਰਕਾਨ ਜੇ ਅੱਜ ਸਭ ਖੇਡਾਂ ਦੀ ਕਬੱਡੀ ਜੇ ਰਕਾਨ ਨੇ ਖੇਡ ਪ੍ਰਮੋਟਰਾਂ ਦਾ ਪੂਰਾ ਯੋਗਦਾਨ ਹੈ ਕਮਲ ਸਰਾਵਾਂ ਹਰ ਪਾਸੇ ਮੱਲਾ ਮਾਰੀਆਂ ਇਸੇ ਗੱਲੋਂ ਆਖਦੇ ਪੰਜਾਬੀ ਇਹ ਮਹਾਨ ਹੈ ਇਸੇ ਗੱਲੋਂ ਆਖਦੇ ਪੰਜਾਬੀ ਇਹ ਮਹਾਨ ਹੈ ਪਰ ਇਧਰੋਂ ਕਹਿੰਦੇ ਨੌਜਵਾਨ ਸਰਾਵਾਂ ਵਾਲਾ ਗੱਡਾ ਡਈਆਂ ਤੇ ਕਰਦਾ ਹੋਇਆ ਮੈਦਾਨ ਵਿੱਚ ਰੋਪੜੀ ਤਿੰਦਣਾ ਲਾਉਂਦਾ ਹੋਇਆ ਪਿੰਦਾ ਆਖਦੇ ਇਸ ਨੌਜਵਾਨ ਖਿਡਾਰੀ ਨੂੰ ਮਾਰੋ ਤਾੜੀ ਇਸ ਗੱਭਰੂ ਦੇ ਨਾਂ ਤੇ ਪਰ ਇਧਰੋਂ ਵਿੱਕੀ ਕਹਿੰਦੇ ਆ ਸਰਾਵਾਂ ਪਿੰਡ ਦਾ ਇਹ ਜਾਫੀ ਜਿਹੜਾ ਜੱਫਾ ਲਾ ਗਿਆ ਖੇਡ ਮੈਦਾਨ ਵਿੱਚ ਵਿੱਕੀ ਸਰਾਵਾਂ ਵਾਲੇ ਦਾ ਚੋਟੀ ਦਾ ਜਿਹੜਾ ਜੱਫਾ ਲੱਗਦਾ ਹੋਇਆ ਪਾ ਵੀ ਨੌਜਵਾਨਾਂ ਕਬੱਡੀ ਇਧਰੋਂ ਸਾਡਾ ਵੀਰ ਜੀਤ ਇਟਲੀ ਔਰ ਨਾਲ ਉਹਨਾਂ ਦੀ ਮਿੱਤਰ ਮੈਂ ਚਾਹੁੰਦਾ ਆਨੰਦ ਮਾਣਦੀ ਬੱਬੀ ਸਾਡਾ ਵੀਰ ਵਿਸ਼ੇਸ਼ ਤੌਰ ਤੇ ਪੁੱਜਿਆ ਬਰਗਾੜੀ ਤੋਂ ਕਹਿੰਦੇ ਦੀ ਸਪੋਰਟਸ ਕਬੱਡੀ ਕਲੱਬ ਹੈ ਜਿੱਥੇ ਵੱਡੇ ਮਾਣ ਕਰਦੇ ਨੇ ਉਧਰ ਕਹਿੰਦੇ ਨੇਕਾ ਬਰਗਾੜੀ ਵਾਲਾ ਕੋਸ਼ਿਸ਼ ਕਰਦਾ ਹੋਇਆ ਪਰ ਇਹ ਖਿਡਾਰੀ ਇਸੇ ਪਿੰਡ ਦਾ ਨੌਜਵਾਨ ਗੱਭਰੂ ਪੁਆਇੰਟ ਲੈ ਕੇ ਵਾਪਸ ਸਰਾਵਾਂ ਵਾਲਾ ਅਮਨ ਤੇ ਸਤਨਾਮ ਦੋ ਵੀਰ ਹੈ ਸੰਧੂ ਪਰਿਵਾਰ ਦੇ ਜਿਹੜੇ ਇਹ ਦੋ ਵੀਰ ਕਬੱਡੀ ਦੇ ਮਹਾਨ ਖਿਡਾਰੀ ਨੇ
ਇਧਰੋਂ ਸੋਨੀ ਦੀ ਪੈਂਦੀ ਹੋਈ ਕਬੱਡੀ ਲੈ ਵੀ ਗੁਰਦੇਵ ਸੰਧੂ ਅੱਜ ਮਾਨ ਹੈ ਤੁਹਾਨੂੰ ਸਾਡੇ ਤੇ ਪਰ ਇਧਰਲੇ ਪਾਸੇ ਵੇਖਾਂਗੇ ਵੱਡੀਆਂ ਟੀਮਾਂ ਪੁੱਜੀਆਂ ਨੇ ਕਬੱਡੀ 75 ਕਿਲੋ ਭਾਰ ਦੇ ਜਿਹੜੇ ਸੋਹਣੇ ਮੈਚ ਹੋ ਰਹੇ ਨੇ ਇਧਰੋਂ ਸੋਨੀ ਬਹਿਬਲ ਵਾਲਾ ਤੇ ਆਹ ਦੇਖਦਾ ਵੀ ਨੌਜਵਾਨ ਸਰਾਵਾਂ ਪਿੰਡ ਦਾ ਸਤਨਾਮ ਹੋ ਗਈ ਬੱਲੇ ਬੱਲੇ ਬਹਿ ਜਾ ਇਧਰੋਂ ਪੁਆਇੰਟ ਜਿਹੜਾ ਧਾਵੀ ਦਾ ਕਿ ਧਾਵੀ ਕਹਿੰਦਾ ਉੱਡ ਪਾਊਗਾ ਕਬੱਡੀਆਂ ਲੱਤਾਂ ਬਾਹਾਂ ਡੌਲਿਆਂ ਚ ਤਾਕਤਾਂ ਨੇ ਵੱਡੀਆਂ ਲੱਤਾਂ ਬਾਹਾਂ ਡੌਲਿਆਂ ਚ ਤਾਕਤਾਂ ਨੇ ਵੱਡੀਆਂ ਉਧਰ ਲੰਗਿਆਂ ਨੇ ਤੋਂ ਅਵਤਾਰ ਵਿਰਾਟ ਜੀ ਹਾਂਗਕਾਂਗ ਦੇ ਵਿੱਚ ਬੈਠੇ ਮੈਚਾਂ ਦਾ ਆਨੰਦ ਮਾਣਦੇ ਨੇ ਔਰ ਸਮੁੱਚੀ ਨਿਊਜ਼ੀਲੈਂਡ ਕਮੇਟੀ ਦਾ ਵੀ ਧੰਨਵਾਦ ਹੈ ਇਟਲੀ ਤੋਂ ਅਨਿਲ ਸ਼ਰਮਾ ਜੀ ਅਮਨੇ ਨੂੰ 100 ਰੁਪਇਆ ਕਹਿੰਦੇ ਵਿਸ਼ੇਸ਼ ਤੌਰ ਤੇ ਪ੍ਰਾਈਜ਼ ਹੈ ਆਹ ਦੋਵੇਂ ਖਿਡਾਰੀਆਂ ਦਾ ਪਿੰਡ ਕਹਿੰਦੇ ਇੱਕ ਹੀ ਪਿੰਡ ਹੈ ਇੱਕ ਇਧਰਲੀ ਟੀਮ 'ਚ ਖੇਡਦਾ ਹੈ ਇਹ ਰਵੀ ਹੈ ਸਾਹੋਵਾਲ ਕੋਸ਼ਿਸ਼ ਕਰਦਾ ਸੀ ਪਰ ਸੰਦੀਪ ਸਾਹੋਵਾਲ ਪੁਆਇੰਟ ਲੈ ਕੇ ਵਾਪਸ ਆਪਣੀ ਟੀਮ ਦੇ ਲਈ ਉਧਰੋਂ ਸੁਖਮੰਦਰ ਹੌਲਦਾਰ ਜੀ ਅਮਨੇ ਦੇ ਲਈ 100 ਰੁਪਇਆ ਭੇਜਦੇ ਨੇ ਆਹ 100 ਰੁਪਇਆ ਮੇਰੇ ਤੋਂ ਫੜ ਲਾ ਵੀ ਤੁਹਾਡੀ ਨੌਜਵਾਨ ਹਰ 100 ਰੁਪਇਆ ਜਿਹੜਾ ਸਾਡੇ ਸੁਖਮੰਦਰ ਜੀ ਹੋਰਾਂ ਨੇ ਭੇਜਿਆ ਆਓ ਇਧਰੋਂ ਨੌਜਵਾਨ ਫੇਰ ਕਬੱਡੀ ਪਾਉਣ ਦੇ ਲਈ ਬਰਗਾੜੀ ਵਾਲਾ ਖਾਨ ਵੱਧ ਚੁੱਕਿਆ ਇਧਰੋਂ ਧੂੜ ਉੱਡਦੀ ਹੈ 30 ਸਕਿੰਟਾਂ ਦੀ ਕਬੱਡੀ ਦਾ ਕੀ ਫੈਸਲਾ ਹੋਣਾ ਉਧਰੋਂ ਮਾਰੀ ਛਾਲ ਲੈ ਵੀ ਲੱਖਿਆ ਨੌਜਵਾਨਾਂ ਕਹਿੰਦੇ ਮਾਣ ਹੋ ਜਾਂਦਾ ਜਦੋਂ ਪਿੰਡ ਵਿੱਚ ਪੋਤਰਾ ਖੇਡੇ ਪੁੱਤ ਖੇਡੇ ਭਤੀਜਾ ਖੇਡੇ ਉਹੀ ਲੱਖਾਂ ਸਰਾਵਾਂ ਵਾਲਾ ਮੋਟਰਸਾਈਕਲ ਜਿੱਤਣ ਵਾਲਾ ਜਾਫੀ ਕਹਿੰਦੇ ਤਗੜੇ ਜੱਫੇ ਲਾਉਣ ਵਾਲਾ ਗੱਭਰੂ ਇੱਕ ਪਾਸੇ ਖਾਨ ਤੇ ਦੂਸਰੇ ਬੰਨੇ ਲੱਖਾਂ ਮਾਰੋ ਤਾੜੀ ਇਹ ਹੈ ਬਾਬੇ ਗੱਜੂ ਸਿੰਘ ਦਾ ਪੋਤਰਾ ਮੇਰੇ ਪੰਜਾਬੀ ਵੀਰਿਓ ਜਿਸ ਨੌਜਵਾਨ ਨੇ ਬਹੁਤ ਤਗੜਾ ਜੱਫਾ ਲਾਤਾ ਹੈ ਕਹਿੰਦੇ ਸੰਧੂ ਪਰਿਵਾਰ ਦਾ ਵੱਡਾ ਧੰਨਵਾਦ ਕਰਾਂਗੇ ਉਧਰੋਂ ਸਾਡੇ ਵਿਸ਼ੇਸ਼ ਤੌਰ ਤੇ ਜਸਰ ਪਰਿਵਾਰ ਦੇ ਵੱਲੋਂ ਜਿਹੜਾ ਪਹਿਲਾ ਪ੍ਰਾਈਜ਼ ਦਿੱਤਾ ਜਾਣਾ ਕਬੱਡੀ 75 ਕਿਲੋ ਭਾਰ ਦਾ ਅਮਨ ਸਰਾਵਾਂ ਦਾ ਕਬੱਡੀ ਪਾਉਣ ਦੇ ਲਈ ਵਧਿਆ ਗੁੰਦਿਆ ਸਰੀਰ ਕਿ ਗੁੰਦਿਆ ਕਾਲ ਪਿਆ ਵਾਸਤੇ 50 ਰੁਪਏ ਮੱਕਰ ਸਿੰਘ ਸੁਸਾਇਟੀ ਪ੍ਰਧਾਨ ਇਧਰੋਂ ਕਹਿੰਦੇ ਸਰਾਵਾਂ ਵਾਲੇ ਨੌਜਵਾਨ ਨੂੰ ਘੇਰਦਾ ਹੋਇਆ ਕਹਿੰਦੇ ਰਵੀ ਹੈ ਫਾਟਾ ਗੁੱਟ ਨੌਜਵਾਨ ਨੇ ਬੈਦਾ ਮੇਰੀ ਬਾਂਹ ਛੱਡ ਦੇ ਤੈਨੂੰ ਰੋਗ ਦੀ ਸਮਝ ਨਾ ਕੋਈ ਬੈਦਾ ਮੇਰੀ ਬਾਂਹ ਛੱਡ ਦੇ ਇਧਰੋਂ ਸਾਡਾ ਵੀਰ ਕਾਕਾ ਨੰਬਰਦਾਰ ਜੀ 50 ਰੁਪਏ ਮੇਰੇ ਲਈ ਭੇਜਦਾ ਔਰ 50 ਰੁਪਏ ਦਾ ਸਪੈਸ਼ਲ ਪ੍ਰਾਈਜ਼ ਹੈ ਜਿਹੜਾ ਉਹ ਮਾਂ ਖੇਡ ਕਬੱਡੀ 300 ਭਾੜਕਾਂ ਵਾਲੇ ਤੁਹਾਡੇ ਲਈ ਹੈ ਸਾਡੇ ਵੀਰ ਕਾਕੇ ਨੰਬਰਦਾਰ ਵੱਲੋਂ ਆਪਾਂ ਧੰਨਵਾਦ ਕਰਾਂਗੇ ਜਿੱਤ ਮੈਂਬਰ ਜੀ ਤੇ ਨਾਲ ਸੁਖਮੰਦਰ ਹੌਲਦਾਰ ਸਾਹਿਬ 100 ਰੁਪਏ ਮਾਨ ਸਨਮਾਨ ਭੇਜਦੇ ਨੇ ਲੱਖਾਂ ਵਾਸਤੇ ਪ੍ਰਧਾਨ ਜੀ ਮਾਸਟਰ ਦਲਵੀਰ ਸਿੰਘ ਜੀ ਪ੍ਰਗਾੜੀ ਦਾ ਇਤਰਾਜ ਹੈ ਇਧਰਲੀ ਟੀਮ ਤੇ ਇਹ ਨੋਟ ਕਰ ਲਿਓ ਕਿਉਂਕਿ ਜਿਹੜੀ ਫੀਸ ਹੈ ਉਹ ਜਮ੍ਹਾਂ ਕਰਾ ਦਿਓ ਪ੍ਰਗਾੜੀ ਵਾਲੇ ਜਿਹੜੇ ਵੀਰ ਖੇਡ ਰਹੇ ਨੇ ਮੈਚ ਤੋਂ ਬਾਅਦ ਜਿਹੜਾ ਆਪਾਂ ਫੈਸਲਾ ਕਰਾਂਗੇ ਸੰਦੀਪ ਕੇ ਡੌਲੇ ਫਰਕ ਦੇ ਚਿਹਰਾ ਮੁਸਕਾਨ ਭਰਿਆ ਸਾਰੋ ਪਾਸੋਂ ਗੱਭਰੂ ਨੂੰ ਠੀਕ ਕਹਿੰਦੇ ਗੁੱਡੀ ਚੜੀ ਹੈ ਜੱਟ ਦੀ ਜਾਗੀ ਉੱਤੇ ਇਹਨੂੰ ਸਾਹੋ ਕਹਿੰਦਾ ਸੰਦੀਪ ਕਹਿੰਦੇ ਇਹਨੂੰ ਸਾਹੋ ਕਹਿੰਦਾ ਸੰਦੀਪ ਕਹਿੰਦੇ ਪਰ ਰਾਜਾ ਨੌਜਵਾਨ ਕਹਿੰਦੇ ਗੁਰਦੇਵ ਸਿੰਘ ਦਾ ਸਪੁੱਤਰ ਨਹੀਂ ਲਾ ਸਕਿਆ ਜੱਫਾ ਢਿੱਲੋਂ ਪਰਿਵਾਰ ਦਾ ਇਹ ਨੌਜਵਾਨ ਜਾਫੀ ਹੈ ਔਰ ਪੁਆਇੰਟ ਜਿਹੜਾ ਸੰਦੀਪ ਦਾ ਖਾਨ ਅਗਲੀ ਕਬੱਡੀ ਪਾਉਂਦਾ ਹੋਇਆ ਲੈ ਵੀ ਦਿਆਲਪੁਰੇ ਵਾਲਿਆ ਕਾਰਨ ਨੌਜਵਾਨ ਇਸ ਗੱਭਰੂ ਦੀ ਗੱਲ ਲੋਕ ਖੇਡ ਮੈਦਾਨ ਦੇ ਵਿੱਚ ਕਬੱਡੀ ਖੇਡੀ ਬਰਗਾੜੀ ਪਿੰਡ ਦੇ ਮੇਰੇ ਵੀਰੋ ਨੌਜਵਾਨ ਖਾਨ ਦੀ ਲਓ ਉਧਰਲੇ ਪਾਸੇ 4 ਜਾਫੀ ਨੇ ਸਰਾਵਾਂ ਵਾਲੇ ਇੱਕ ਕਿੰਨੀ ਪਿੰਡੀ ਨਾਲ ਬੋਲਾ ਤੇ ਨਾਲ ਖਾਰੇ ਪਿੰਡ ਦਾ ਵਿੱਕੀ ਪਰ ਸਰਾਵਾਂ ਵਾਲੇ ਨੇ ਕੋਸ਼ਿਸ਼ ਕੀਤੀ ਤੇ ਐਂ ਕੇ ਨੌਜਵਾਨ ਬਰਗਾੜੀ ਵਾਲੇ ਖਾਨ ਦੇ ਹਿੱਸੇ ਦੇ ਵਿੱਚ ਚੱਲ ਵੀ ਸੰਦੀਪ ਸਿਆ ਪਾ ਨੌਜਵਾਨਾ ਕਬੱਡੀ ਸਾਹੋ ਵਾਲੇ ਸੰਦੀਪ ਲਈ ਅਗਲੀ ਕਬੱਡੀ ਪੈਂਦੀ ਏ ਅਗਲੇ ਮੈਚ ਲਈਆਂ ਦੋਨੋਂ ਟੀਮਾਂ ਭੋਲੂ ਵਾਲਾ ਤੇ ਰੋੜੀ ਕਪੂਰਾ ਇਹ ਵੀ ਪ੍ਰਧਾਨ ਗਰਾਊਂਡ ਦੇ ਲਾਗੇ ਆ ਜਾਣੇ ਭੋਲੂ ਵਾਲਾ ਵਰਸਿਸ ਰੋੜੀ ਕਪੂਰਾ ਅਗਲੇ ਮੈਚ ਲਈਆਂ ਦੋਨੋਂ ਟੀਮਾਂ ਗਰਾਊਂਡ ਦੇ ਲਾਗੇ ਪੁੱਜਣੇ ਲੋ ਬਰਗਾੜੀ ਵਾਲੇ ਨੇਕੇ ਨੇ ਕਿੰਨੀ ਵੀ ਜੀਂਦਾਰੀ ਦਾ ਜੱਫਾ ਲਾਇਆ ਖੇਡ ਮੈਦਾਨ ਵਿੱਚ ਲੋ 30 ਸਕਿੰਟਾਂ ਦੀ ਕਬੱਡੀ ਤੇ ਐਂ ਕੇ ਕਾਬਨ ਹੁੰਦਾ ਹੋਇਆ ਐਂ ਕੇ ਕਾਬਨ ਅਗਲੀ ਕਬੱਡੀ ਫੇਰ ਮੈਦਾਨ ਦੇ ਵਿੱਚ ਬਰਗਾੜੀ ਦੀ ਟੀਮ ਤਰਫੋ ਬੈਬਲ ਵਾਲੇ ਸੋਨੀ ਦੀ ਪੈਂਦੀ ਏ ਚੱਲ ਵੀ ਪਵਾਨਾ ਪਾਗਲੀ ਕਬੱਡੀ ਆਉਂਦਾ ਉਹ ਸਵਾਰ ਪੰਜਾਬੀਆਂ ਨੂੰ ਕਾਢੀ ਵੇਖ ਕੇ ਤੇ ਧਾਵੀ ਪਾਉਂਦਾ ਰੇੜ ਜਦੋਂ ਮੱਥਾ ਟੇਕ ਕੇ ਜਦੋਂ ਲੱਗ ਜਾਵੇ ਕੋਈ ਵਧੀਆ ਜਿਹਾ ਜੱਫਾ ਫਿਰ ਦੁਨੀਆ ਪੈਂਦੀ ਏ ਨੱਚ ਮਿੱਤਰੋ ਕਾਢੀ ਖੇਡ ਹੈ ਪੰਜਾਬੀਆਂ ਦੀ ਮਾਂ ਇਹ ਗੱਲ 16 ਨੇ ਸੱਚ ਮਿੱਤਰੋ ਕਾਢੀ ਖੇਡ ਹੈ ਪੰਜਾਬੀਆਂ ਦੀ ਮਾਂ ਇਹ ਗੱਲ 16 ਨੇ ਸੱਚ ਮਿੱਤਰੋ ਲਓ ਸਰਾਵਾਂ ਵਾਲਾ ਲੱਖਾ ਕਹਿੰਦੇ ਵੀ ਮਾਤਾ ਰਮਨਜੀਤ ਕੌਰ ਦਾ ਪੁੱਤ ਹੈ ਲੈ ਅੰਕ ਨੌਜਵਾਨ ਜਾਫੀ ਦੇ ਹਿੱਸੇ ਦੇ ਵਿੱਚ ਅੰਕ ਸਰਾਵਾਂ ਵਾਲੇ ਲੱਖੇ ਦਾ
मैं तो जसवीरकार का पुत कौन कहने भी सरदार टेक सिंह फाजी का पुत मेरे वीरो सरावा वाला आमना कबड्डी ₹100 ਮੈਂਬਰ ਪੰਚਾਇਤ ਲਓ ਖੇਡ ਗਰਾਊਂਡ ਦੇ ਵਿੱਚ ਕਬੱਡੀ ਨਾ ਜੋ ਸਰਾਮਾ ਵਾਲੇ ਅਮਨੇ ਦੀ ਤੇ ਬਰਗਾੜੀ ਵਾਲੇ ਗਰਮੀਤ ਨੇ ਵਰ ਕੇ ਟਰਾਈ ਕੀਤੀ ਏ ਲਓ ਲੱਖ ਨੂੰ ਕਲਾਮੇ ਲੱਖੇ ਨੂੰ ਉਧਰ ਮਾਨਾ ਸਰਵਾਨਾਂ ਦੀਆਂ ਗੱਲਾਂ ਹੁੰਦੀਆਂ ਨੇ ਤੇ ਅੰਕ ਬਰਗਾੜੀ ਵਾਲੇ ਗਰਮੀਤ ਦੇ ਹਿੱਸੇ ਦੇ ਵਿੱਚ ਚੱਲ ਵੀ ਖਾਣ ਪਾ ਨੌਜਵਾਨਾਂ ਕਬੱਡੀ ਇੱਕ ਕਹਿੰਦੇ ਵੀ ਬੱਦੋਵਾਲ ਦਾ ਖਾਨ ਮੇਰੇ ਵੀਰੋ ਰਾਮਪੁਰੇ ਦੇ ਕੱਪ ਦਾ ਮੋਟਰਸਾਈਕਲ ਜਿੱਤੀ ਜਾਫੀ ਹੈ ਪਰ ਆ ਨੌਜਵਾਨ ਖਾਨ ਬਰਗਾੜੀ ਵਾਲਾ ਲੋਕ ਕਬੱਡੀ ਪਾ ਰਹੇ ਹੈ ਖੇਡ ਮੈਦਾਨ ਵਿੱਚ ਇੱਕ ਕਹਿੰਦੀ ਖਾਰੇ ਵਾਲੇ ਵਿੱਕੀ ਨੇ ਚੁੱਕੀ ਏ ਦੂਜੀ ਕਹਿੰਦੀ ਸਰਾਮਾ ਵਾਲਾ ਵਿੱਕੀ ਮੇਰੇ ਵੀਰੋ ਨੌਜਵਾਨ ਪਿੰਡੀ ਲੋ ਵਿੱਕੀ ਦੀ ਟਰਾਈ ਤੇ ਭੈਣੀ ਵਾਲੇ ਫੌਜੀ ਦਾ ਫੈਸਲਾ ਕਿ ਅੰਕਿਤ ਢਾਬੀ ਦਾ ਅਗਲੀ ਕਬੱਡੀ ਸਾਹੋ ਵਾਲੇ ਸੰਦੀਪ ਦੀ ਤੇ ਕਰ ਵੀ ਅਮਰਗੜੀਆ ਇਸ ਗੱਭਰੂ ਦੀ ਗੱਲ ਇਧਰੋਂ ਸੰਦੀਪ ਨੌਜਵਾਨ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਭੋਲੂ ਵਾਲਾ ਵਰਸ ਜਰੂਰੀ ਕਪੂਰਾ ਅਗਲੇ ਮੈਚ ਦੀਆਂ ਦੋਵੇਂ ਟੀਮਾਂ ਜਿਹੜੀਆਂ ਹੋਣਗੀਆਂ ਧੂੜਕੋਟ ਮਾਈ ਦੇ ਵਿੱਚ ਹੈ ਭੋਲੂ ਵਾਲਾ ਵਰਸ ਜਰੂਰੀ ਕਪੂਰੇ ਨੂੰ ਆਪਾਂ ਸੱਦਾ ਦੇਵਾਂਗੇ ਕਿ ਜਲਦੀ ਦੇ ਨਾਲ ਦੋਵੇਂ ਟੀਮਾਂ ਜਿਹੜੀਆਂ ਖੇਡ ਮੈਦਾਨ ਦੇ ਵਿੱਚ ਆ ਜਾਣ ਲਓ ਇਧਰੋਂ ਨੌਜਵਾਨ ਜਿਹੜੀਆਂ ਕੋਈ ਟੀਮਾਂ ਹੋਰ ਪਹੁੰਚੀਆਂ ਸਾਡੇ ਕੋਲ ਆ ਕੇ ਐਂਟਰੀ ਕਰਾ ਕਿਉਂਕਿ ਅਸੀਂ ਹੁਣ ਟਾਈਆਂ ਕੱਢਣ ਲੱਗੇ ਹਾਂ ਕਬੱਡੀ ਓਪਨ ਦੀਆਂ ਟੀਮਾਂ ਜਿਹੜੀਆਂ ਵੀ ਇੱਥੇ ਪਹੁੰਚ ਚੁੱਕੀਆਂ ਉਹਨਾਂ ਨੂੰ ਬੇਨਤੀ ਹੈ ਕਿ ਸਾਡੇ ਕੋਲ ਆ ਕੇ ਆਪਣੀ ਟੀਮ ਐਂਟਰ ਕਰਾ ਦੇਣ ਕਿਉਂਕਿ ਅਸੀਂ ਕੁਝ ਹੀ ਸਮੇਂ ਦੇ ਵਿੱਚ ਇਹਨਾਂ ਦੀਆਂ ਟਾਈਆਂ ਕੱਢ ਦੇਣੀਆਂ ਜਿਹੜੀਆਂ ਟੀਮਾਂ ਸਾਡੇ ਕੋਲ ਪਹੁੰਚੀਆਂ ਉਹਨਾਂ ਦੇ ਮੈਂ ਨਾਮ ਬੋਲਣ ਲੱਗਿਆ ਰੋਡੇ ਏ ਰੋਡੇ ਬੀ ਸਮਾਲਸਰ ਰੋੜੀ ਕਪੂਰਾ ਸਮਾਲਸਰ ਦੀ ਹਾਲੇ ਤੱਕ ਸਾਡੇ ਕੋਲ ਐਂਟਰੀ ਨਹੀਂ ਪਹੁੰਚੀ ਬਾਬਾ ਭਗਵਾਨ ਦਾਸ ਕਲੱਬ ਲੰਡੇ ਮਹਿਮੂਵਾਲਾ ਭਾਈ ਰੂਪਾ ਜਾਉਣ ਵਾਲਾ ਖਾਰਾ ਪ੍ਰੋਫੈਸਰ ਗੁਰਦੇਵ ਸਿੰਘ ਕਲੱਬ ਜਾਉਣ ਵਾਲਾ ਇਹਨਾਂ ਦੀ ਐਂਟਰੀ ਨਹੀਂ ਪਹੁੰਚੀ ਕਲਿਆਣ ਸੁੱਖਾ ਬਾਬਾ ਫਕਰਦਾਸ ਕਲੱਬ ਢੀਮਾ ਵਾਲੀ ਭਾਈ ਰੂਪਾ ਬੀ ਇਹਨਾਂ ਦੀ ਐਂਟਰੀ ਨਹੀਂ ਆਈ ਬਾਬਾ ਰੁਖੜਦਾਸ ਕਲੱਬ ਭਲੂਰ ਇਹ ਟੀਮਾਂ ਸਾਡੇ ਕੋਲ ਪਹੁੰਚ ਗਏ ਇਹਨਾਂ ਟੀਮਾਂ ਨੂੰ ਬੇਨਤੀ ਆ ਕਿ ਸਾਨੂੰ ਆ ਕੇ ਆਪਣੀਆਂ ਐਂਟਰੀਆਂ ਦੇ ਦੇਣ ਇਧਰੋਂ ਜੀਤ ਸਾਡਾ ਵੀਰ ਵਿਸ਼ੇ ਤੌਰ ਤੇ ਪੁੱਜਿਆ ਆਪਾਂ ਧੰਨਵਾਦ ਕਰਦੇ ਹਾਂ ਇਸ ਵੀਰ ਦਾ ਕਾਫੀ ਲੰਬੇ ਸਮੇਂ ਤੋਂ ਬਾਅਦ ਦਰਸ਼ਨ ਹੋਏ ਨੇ ਕਿਉਂਕਿ ਥੋੜੇ ਦਿਨ ਹੀ ਹੋ ਗਏ ਮਾਂ ਖੇਡ ਕਬੱਡੀ ਨੂੰ ਪਿਆਰ ਕਰਦਾ ਸੱਚਾ ਆਸ਼ਿਕ ਹੈ ਜਿਹਨੇ ਇਟਲੀ ਦੀ ਟੀਮ ਦੇ ਵੱਲੋਂ ਬਹੁਤ ਸੋਹਣੇ ਜੱਫਿਆਂ ਦੀ ਗੱਲ ਕਰੀ ਸੀ ਇਧਰੋਂ ਦੇਖਣਾ ਵੀ ਨੌਜਵਾਨ ਅਮਨ ਸਰਾਮਾ ਵਾਲਾ ਖੇਡ ਮੈਦਾਨ ਦੇ ਵਿੱਚ ਵੱਧ ਕੇ ਕਬੱਡੀ ਪਾਉਂਦਾ ਹੋਇਆ ਢੇਰੀਆਂ ਦੇ ਉੱਤੇ ਆ ਕੇ ਪਹਿਲਾਂ ਮੱਥਾ ਟੇਕਿਆ ਬਾਜ ਜਿਹੀ ਅੱਖ ਨਾਲ ਜਾਫੀਆਂ ਨੂੰ ਵੇਖਿਆ ਫਿਰ ਟੱਚ ਕਰ ਦਿੱਤਾ ਜਿਹੜਾ ਡਿੱਕੇ ਚੜਿਆ ਲੈ ਕੇ ਪੁਆਇੰਟ ਧਾਵੀ ਪਾਲੇ ਵਿੱਚ ਵੜਿਆ ਲੈ ਕੇ ਪੁਆਇੰਟ ਧਾਵੀ ਪਾਲੇ ਵਿੱਚ ਵੜਿਆ ਇਧਰੋਂ ਖਾਨ ਅਗਲੀ ਕਬੱਡੀ ਪਾਉਂਦਾ ਹੋਇਆ ਜੇ ਬਰਗਾੜੀ ਦੀ ਸਾਰੀ ਜਿੱਤਦੀ ਹੈ ਤਾਂ ₹500 ਜੀਤ ਬਰਗਾੜੀ ਵੱਲੋਂ ਦਿੱਤਾ ਜਾਣਾ ਜੀਤ ਇਟਲੀ ਦੇ ਵੱਲੋਂ ਜਿਹੜਾ ₹500 ਸਪੈਸ਼ਲ ਪ੍ਰਾਈਜ਼ ਦਿੱਤਾ ਜਾਵੇਗਾ ਬਰਗਾੜੀ ਦੀ ਸਮੁੱਚੀ ਟੀਮ ਨੂੰ ਔਰ ₹100 ਸਪੈਸ਼ਲ ਜਿਹੜਾ ਜਾਫੀ ਦੇ ਲਈ ਭੇਜਦਾ ਸਾਡਾ ਵੀਰ ਨੇਕੇ ਦੇ ਲਈ ਔਰ ਇਧਰੋਂ ਹੱਥ ਲਾ ਜਿਹੜਾ ਧੋਨੀ ਨੂੰ ਲੱਗ ਚੁੱਕਿਆ ਵਾਹ ਨਹੀਂ ਰਿਸਾ ਧੋਨੀ ਸਰਾ ਕਹਿੰਦੇ ਕਾਕੇ ਦਾ ਵੱਡਾ ਵੀਰ ਹੈ ਨੌਜਵਾਨ ਗੱਭਰੂ ਬਰਗਾੜੀ ਦੀ ਸਮੁੱਚੀ ਟੀਮ ਨੂੰ ₹100 ਮੇਰੇ ਵੱਲੋਂ ਬਰਗਾੜੀ ਦੀ ਸਮੁੱਚੀ ਟੀਮ ਨੂੰ ₹100 ਇਧਰੋਂ ਸਾਡੇ ਮਾਸਟਰ ਦਲਵੀਰ ਸਿੰਘ ਜੀ ਇਸ਼ਾਰਾ ਕਰਦੇ ਨੇ ਵੀ ₹100 ਸਾਡੇ ਵੱਲੋਂ ਬੋਲਦੇ ਹੋ ਇਧਰੋਂ ਨੌਜਵਾਨ ਸੰਦੀਪ ਸਾਹੂ ਕਹਿੰਦਾ ਜੱਜ ਸਾਡਾ ਵੀਰ ਪੁੱਜਿਆ ਹੈ ਆਪਾਂ ਧੰਨਵਾਦ ਕਰਦੇ ਹਾਂ ਉਸ ਵੀਰ ਦਾ ਰਣ ਸਿੰਘ ਵਾਲੇ ਦੀ ਧਰਤੀ ਵਿਸ਼ੇ ਤੌਰ ਤੇ ਮਾਂ ਖੇਡ ਕਬੱਡੀ ਦਾ ਬਰਗਾੜੀ ਦੇ ਜਿਹੜੇ ਸਟਾਪਰ ਨੇ ਆਪਣੇ ਨੂੰ ਜੱਫਾ ਲਾਇਆ ਸੀਗਾ ₹100 ਦਾ ਮੇਰੇ ਕੋਲੇ ਪਹੁੰਚ ਗਿਆ ਮੈਥੋਂ ਆ ਕੇ ਲੈ ਜਾਵੇ ਇਧਰ ਸੰਦੀਪ ਦੀ ਪੈਂਦੀ ਹੋਈ ਕਬੱਡੀ ਇਧਰੋਂ ਕਹਿੰਦੇ ਰਵੀ ਹੈ ਸਾਹੂ ਕਿਆਂ ਵਾਲਾ ਫੜਦਾ ਗੁੱਟ ਮੈਨੂੰ ਲੱਗਦਾ ਵੀ ਹੁਣ ਦੋਨੇ ਇੱਕ ਪਿੰਡ ਦੇ ਖਿਡਾਰੀ ਹੈ ਇੱਕ ਜਾਫੀ ਹੈ ਇੱਕ ਧਾਵੀ ਹੈ ਦੇਖੋ ਕਿਹੜਾ ਤਕੜਾ ਹੈ ਜ਼ੋਰ ਲੱਗਦਾ ਮੇਰੇ ਵੀਰਿਓ ਮਾਰੋ ਤਾੜੀ ਬੱਲੇ ਬੱਲੇ ਹੋਈ ਪਈ ਹੈ ਪੁਆਇੰਟ ਜਾਫੀ ਦਾ ਕਿ ਜੋਸ਼ ਖੋਸ਼ ਦੀ ਹੁੰਦੀ ਯਾਰ ਉਹ ਖੇਡ ਕਬੱਡੀ ਦੀ ਨਿਹਰੇ ਜੁਰਵਾਲੇ ਨੂੰ ਜਾਫੀ ਢਾਈ ਜਾਂਦੇ ਨੇ ਤੇਜ ਨਿਗਾਹ ਕਾ ਵਰਗੀ ਹੁੰਦੀ ਜਿਹੜੇ ਰੇਡਰ ਦੀ ਪਤਾ ਨਹੀਂ ਲੱਗਦਾ ਕਿਹੜੇ ਵੇਲੇ ਹੱਥ ਲਾਈ ਜਾਂਦੇ ਨੇ ਇਧਰੋਂ ਗੁਰਦੀਪ ਸਾਊਂਡ ਦੀ ਬਹੁਤ ਪਿਆਰੀ ਸਾਊਂਡ ਹੈ ਥੋੜੀ ਜਿਹੀ ਇੱਕੋ ਘਟਾ ਦਿੱਤੀ ਜਾਵੇ ਤਾਂ ਬਹੁਤ ਤੋਂ ਬਹੁਤ ਧੰਨਵਾਦ ਹੋਵੇਗਾ ਪਰ ਆਪਾਂ ਵੇਖੀਏ ਲੈ ਵੀ ਦਿਆਲਪੁਰੇ ਵਾਲਿਆ ਆ ਇਹ ਕਹਿੰਦੇ ਬਹਿਬਲ ਪਿੰਡ ਦਾ ਨੌਜਵਾਨ ਸੋਨੀ ਪਰ ਦੂਸਰੇ ਬੰਨੇ ਜਿਹੜਾ ਇਸ਼ਾਰਾ ਹੈ ਰੇਡਰ ਦੇ ਵੱਲ ਪੁਆਇੰਟ ਜਿਹੜਾ ਰੇਡਰ ਦਾ ਹੱਕ ਸੱਚ ਲਈ ਮਰਨ ਜਿਹੜੇ ਉਹ ਤਾਂ ਮਿੱਤਰੋ ਮਰਦ ਦਲੇਰ ਹੁੰਦੇ ਕੀ ਵੇਖਣਾ ਭੇਡਾਂ ਤੇ ਬੱਕਰੀਆਂ ਦਾ ਵੇਖਣ ਵਾਲੇ ਤਾਂ ਸਾਨਾਂ ਦੇ ਪੇੜ ਹੁੰਦੇ ਵੇਖਣ ਵਾਲੇ ਤਾਂ ਸਾਨਾਂ ਦੇ ਪੇੜ ਹੁੰਦੇ ਆ ਇਹ ਨੌਜਵਾਨ ਇਸੇ ਪਿੰਡ ਦਾ ਜਿਵੇਂ ਗੁਰਦਾਸਮਾਨ ਜੀ ਕਹਿੰਦੇ ਹੁੰਦੇ ਆ ਕਿ ਬਾਬਿਆਂ ਦੀ ਸੱਠ ਵਿੱਚੋਂ ਗੱਲਾਂ ਲੈ ਕੇ ਆਈ ਆ ਰਾਵੀ ਤੇ ਝਨਾ ਦੀਆਂ ਛੱਲਾਂ ਲੈ ਕੇ ਆਈ ਆ
ਮਾਰੀ ਮੈਦਾਨਾਂ ਵਿੱਚ ਮੱਲਾਂ ਲੈ ਕੇ ਆਈ ਆ ਕੁਸ਼ਤੀ ਕਬੱਡੀ ਵਾਲੇ ਦਾ ਸੁਣਿਆ ਤੇ ਮੈਂ ਆ ਤੇਰੇ ਪਿੰਡ ਦੀ ਹਵਾ ਸੁਣਿਆ ਮੈਂ ਆ ਤੇਰੇ ਪਿੰਡ ਦੀ ਹਵਾ ਸੁਣਿਆ ਇਹਨੂੰ ਕਹਿੰਦੇ ਆ ਵੀ ਆਉਂਦਾ ਇਹ ਸਵਾਦ ਪੰਜਾਬੀਆਂ ਨੂੰ ਕਬੱਡੀ ਦੇਖ ਕੇ ਜਦੋਂ ਕੋਈ ਧਾਵੀ ਪਾਉਂਦਾ ਰੇਡ ਮੱਥਾ ਟੇਕ ਕੇ ਜਦੋਂ ਲੱਗ ਜਾਵੇ ਤਕੜਾ ਜਾ ਜੱਫਾ ਤਾਂ ਦੁਨੀਆ ਪੈਂਦੀ ਨੱਚ ਮਿੱਤਰੋ ਕੌਡੀ ਖੇਡ ਹੈ ਪੰਜਾਬੀਆਂ ਦੀ ਮਾਂ ਇਹ ਗੱਲ ਸੋਹਣਾ ਆਨੇ ਸੱਚ ਮਿੱਤਰੋ ਕੌਡੀ ਖੇਡ ਹੈ ਪੰਜਾਬੀਆਂ ਦੀ ਮਾਂ ਅਗਲਾ ਜਿਹੜਾ ਮੈਚ ਹੈ ਰੋੜੀ ਕਪੂਰਾ ਤੇ ਭੋਲੂ ਵਾਲੇ ਦਾ ਹੁਣ ਆਪਾਂ ਅਗਲਾ ਮੈਚ ਵੇਖਾਂਗੇ ਦੋਹੇ ਟੀਮਾਂ ਜਿਹੜੀਆਂ ਪੁੱਜ ਚੁੱਕੀਆਂ ਨੇ ਸਰਾਵਾਂ ਦੀ ਸਮੁੱਚੀ ਟੀਮ ਨੂੰ ਮੱਖਣ ਸਿੰਘ ਜੱਸੜ ਵੱਲੋਂ 100 ਰੁਪਈਆ ਤੇ ਉਹ ਆ ਕੇ ਮੱਖਣ ਜੱਸੜ ਤੋਂ ਲੈ ਲਓ ਉਹ ਮੱਖਣ ਜੱਸੜ ਤੋਂ ਹੀ ਲੈ ਲਿਓ ਆ ਕੇ ਇਧਰੋਂ ਘਣੀਏ ਤੋਂ ਨੌਜਵਾਨ ਛੋਟਾ ਜਿਹਾ ਬੱਚਾ ਪੁੱਜਿਆ ਪਰਮਜੀਤ ਸਿੰਘ ਜਿਹਨੇ ਦੇ ਵਿੱਚ ਛਾਲਾਂ ਲਾਉਣੀਆਂ ਨੇ ਇਹਦੇ ਵੀ ਆਪਾਂ ਮਾਨ ਸਨਮਾਨ ਕਰਨਾ ਹੈ ਸਾਰੇ ਵੀਰਾਂ ਦਾ ਵੱਡਾ ਧੰਨਵਾਦ ਲੈ ਵੀ 365 ਵਾਲਿਆ ਆਹ ਲੈ ਤੇਰੇ 50 ਰੁਪਏ ਕਿਉਂਕਿ ਸਾਡੇ ਵੀਰ ਕਾਕੇ ਨੰਬਰਦਾਰ ਨੇ ਭੇਜੇ ਸੀ ਵਿਸ਼ੇਸ਼ ਤੌਰ ਤੇ ਤੇਰਾ ਮਾਨ ਕੀਤਾ ਉਧਰ ਆਪਾਂ ਧੰਨਵਾਦ ਕਰਾਂਗੇ ਕਾਕੇ ਨੰਬਰਦਾਰ ਦਾ ਬਰਗਾੜੀ ਵਾਲਿਓ ਆਪਦੇ ਆ ਲੈ ਜਾਓ ਮੇਰੇ ਕੋਲ 200 ਰੁਪਇਆ ਬਰਗਾੜੀ ਵਾਲਿਆਂ ਦਾ ਤੇ 250 ਮੈਨੂੰ ਲੱਗਦਾ ਸਰਾਵਾਂ ਵਾਲਿਆਂ ਦਾ 350 ਕਿ ਮੈਂ ਹੀ ਰੱਖ ਲਾਂ ਆ ਜਾਓ ਮੈਂ ਗੁਰਦੁਆਰੇ ਗੋਲਕ ਚ ਪਾ ਦੇਣੇ ਆ ਮਾਸਟਰ ਜੀ ਸ਼ਾਮ ਤੱਕ ਕੰਮ ਆਉਣਗੇ ਰੱਖ ਲਓ ਉਹ ਮੈਂ ਸ਼ਾਮ ਵਾਲਾ ਹੈ ਨਹੀਂਗਾ ਮੈਂ ਸੁਬਹ ਵਾਲਾ ਹੈ ਤੜਕੇ 4 ਵਜੇ ਪੈਗ ਲਾਉਣਾ ਹੁੰਦਾ ਮੈਂ ਠੀਕ ਹੈ ਜੀ ਇਧਰੋਂ ਤਾੜੀ ਮਾਰ ਦਿਓ ਜੀ ਜਿਹੜਾ ਖਿਡਾਰੀ ਇਧਰਲੇ ਪਾਸੇ ਕਰਤੱਵ ਕਰ ਰਿਹਾ ਹੈ ਬੈਸ ਦਾ ਬਰਗਾੜੀ ਵਾਲੇ ਆ ਕੇ ਆਪਦਾ ਆ ਲੈ ਜਾਓ 200 ਰੁਪਇਆ ਵੀ ਬਰਗਾੜੀ ਵਾਲੇ ਤੁਹਾਡਾ ਮੇਰੇ ਕੋਲੇ ਆ 100 ਰੁਪਇਆ ਤੁਹਾਡਾ ਉਹ ਜਾਫੀ ਦਾ ਸੀਗਾ ਤੇ 100 ਰੁਪਇਆ ਤੁਹਾਨੂੰ ਸਾਰੀ ਟੀਮ ਨੂੰ ਹੈ ਇਧਰੋਂ ਭੋਲੂ ਵਾਲਾ ਵਰਸਜ ਵਿਰੋਧੀ ਟੀਮ ਜਿਹੜੀ ਹੈ ਰੋੜੀ ਕਪੂਰੇ ਦੀ ਟੀਮ ਦੇ ਦਰਮਿਆਨ ਜਿਹੜਾ ਹੁਣ ਮੈਚ ਖੇਡਿਆ ਜਾਣਾ ਹੈ ਦੋਵੇਂ ਟੀਮਾਂ ਜਿਹੜੀਆਂ ਪੁੱਜ ਚੁੱਕੀਆਂ ਨੇ ਮੇਰੇ ਪੰਜਾਬੀ ਵੀਰ ਜਿਹੜੇ ਬੈਠੇ ਨੇ ਮਾਂ ਖੇਡ ਕਬੱਡੀ ਦੇ ਸੱਚੇ ਆਸ਼ਿਕ ਉਹ ਧਿਆਨ ਦੇਣ ਇਸ ਹੱਥ ਜਿਹੜੀ ਟੀਮ ਹੈ ਰੋੜੀ ਕਪੂਰੇ ਵਾਲੇ ਪਾਸੇ ਜਿਹੜੀ ਟੀਮ ਹੈ ਆ ਸੋਰੀ ਮੰਡੀ ਵਾਲੇ ਪਾਸੇ ਜਿਹੜੀ ਟੀਮ ਹੈ ਇਹ ਭੋਲੂ ਵਾਲੇ ਦੀ ਹੈ ਔਰ ਇਧਰ ਬਾਬਿਆਂ ਦੀ ਜਗ੍ਹਾ ਵਾਲੇ ਪਾਸੇ ਜਿਹੜੀ ਟੀਮ ਹੈ ਇਹ ਰੋੜੀ ਕਪੂਰੇ ਦੀ ਹੈ ਲੈ ਵੀ ਅਸ਼ਰਫ ਨੌਜਵਾਨਾਂ ਕਾਰਨ ਨੌਜਵਾਨ ਦੀ ਪਹਿਲੀ ਗੱਲ ਜਿਹੜੀ ਜਿਹੜਾ ਵੀ ਪਲੇਅਰ ਰੈਫਰੀਆਂ ਦੇ ਨਾਲ ਰੌਲਾ ਪਾਊਗਾ ਅਸੀਂ ਉਹਦਾ ਪੁਆਇੰਟ ਉਲਟ ਦੇ ਦੇਣਾ ਦੂਜੇ ਪਾਸੇ ਲਓ ਖੇਡ ਮੈਦਾਨ ਦੇ ਵਿੱਚ ਕਬੱਡੀ ਕਹਿੰਦੇ ਵੀ ਸ਼ਕੰਦਰ ਦੀ ਪੈਂਦੀ ਹੈ ਭੋਲੂ ਵਾਲੇ ਪਿੰਡ ਵਾਲੇ ਦੀ ਪਰ ਆਹ ਮੇਰੇ ਵੀਰੋ ਫਿਰੋਜ਼ਪੁਰੀਆ ਸ਼ਕੂਰ ਵਾਲਾ ਖਿੰਦਾ ਕਹਿੰਦੇ ਵੀ ਪੰਜਾਬ ਦੇ ਕਬੱਡੀ ਕੰਪਾਂ ਤੇ ਅਯਾਰ ਕਬੱਡੀ ਕਲੱਬ ਘਲਕਲਾ ਅਡਮੈਂਟਨ ਦੀ ਟੀਮ ਦੇ ਲਈ ਖੇਡਦਾ ਹੈ ਬਾਹਰ ਵਾਲੇ ਜਥੇਦਾਰ ਹਾਕਮ ਸੋਟੋਨੇ ਦੀ ਟੀਮ ਦੇ ਲਈ ਲਓ ਅੰਕ ਜਾਫੀ ਦਾ ਅੰਕ ਸ਼ਕੂਰ ਵਾਲੇ ਹਿੰਦੇ ਦਾ ਚੱਲ ਵੀ ਪਲਵਾਨਾ ਪਾ ਕਬੱਡੀ ਰੋੜੀ ਕਪੂਰੇ ਦਾ ਗੋਪੀ ਮੇਰੇ ਵੀਰੋ ਅਗਲੀ ਕਬੱਡੀ ਪਾਉਣ ਦੇ ਲਈ ਵਧੇ ਖੇਡ ਮੈਦਾਨ ਵਿੱਚ ਇੱਕ ਗੋਪੀ ਕਹਿੰਦੇ ਵੀ ਕੁੰਭ ਕਲਾ ਪਿੰਡ ਦਾ ਇੱਕ ਧੂੜਕੋਟ ਵਾਲਾ ਲਓ ਆਹ ਗੋਪੀ ਮੇਰੇ ਵੀਰੋ ਖੇਡ ਮੈਦਾਨ ਦੇ ਵਿੱਚ ਵਰ ਕੇ ਕਬੱਡੀ ਪਾਉਂਦਾ ਕਹਿੰਦੇ ਰੋੜੀ ਕਪੂਰੇ ਪਿੰਡ ਵਾਲਾ ਲਓ ਮਾਰ ਮੋਟਾ ਜਾਂ ਪੱਟਾ ਤੇ ਥਾਪੀ ਵਰ ਕੇ ਧਾਵਾ ਬੋਲਿਆ ਕਿ ਮਿਹਨਤ ਤੋਂ ਬਿਨਾਂ ਕੋਈ ਮਹਾਨ ਹੁੰਦਾ ਨਹੀਂ ਤੇ ਗੁਰੂ ਵਿਆ ਜੋਧਿਆ ਗਿਆਨ ਹੁੰਦਾ ਨਹੀਂ ਅੱਜ ਨਾ ਬਣੇ ਤੇ ਫਿਰ ਕੱਲ ਨਾ ਬਣੇ ਦਾਤ ਤੇ ਸਿੱਖੇ ਬਿਨਾਂ ਯਾਰੋ ਗੱਲ ਨਾ ਬਣੇ ਦਾਤ ਤੇ ਸਿੱਖੇ ਬਿਨਾਂ ਯਾਰੋ ਗੱਲ ਨਾ ਬਣੇ ਮੇਰੇ ਵੀਰੋ ਬਰੀਕੀਆਂ ਸਿੱਖਣੀਆਂ ਪੈਂਦੀਆਂ ਉਸਤਾਦ ਧਾਰਨੇ ਪੈਂਦੇ ਨੇ ਫਿਰ ਜਾ ਕੇ ਕਬੱਡੀ ਦੇ ਸੁਪਰ ਸਟਾਰ ਬਣਾਇਆ ਜਾਂਦਾ ਹੈ ਲੋ ਭੋਲੂ ਵਾਲੇ ਪਿੰਡ ਦਾ ਲਾਓ ਜਿਹਨੇ ਕਬੱਡੀ ਪਾ ਰਹੇ ਹੈ ਰੋੜੀ ਪੂਰੇ ਪਿੰਡ ਦੇ ਕਿੰਨੇ ਵੀ ਫਰੀਦਕੋਟ ਗਏ 4 ਜਾਫੀ ਨੇ ਲੋ ਸ਼ਕੂਰ ਵਾਲੇ ਹਿੰਦੇ ਨੇ ਵਰ ਕੇ ਟਰਾਈ ਕੀਤੀ ਆਹ ਨੌਜਵਾਨ ਤਖਤ ਉਪਰੇ ਦੇ ਸੁੱਖੇ ਉਹਨਾਂ ਦੀ ਟੀਮ ਲਈ ਖੇਡਦਾ ਕਿੰਨੇ ਵੀ ਪੰਜਾਬ ਦੇ ਕੱਪਾਂ ਤੇ ਬਹਿਲਾ ਬਹਿਲਾ ਖੱਟਣ ਵਾਲਾ ਲੋ ਢਾਹੀ ਕਿਤੇ ਬਹਿੰਦਾ ਹੰਦਿਆਂ ਦੇ ਲਾਗੇ ਸਮਾਂ ਬਰਬਾਨ ਲੋ ਵੇਨੇ ਘੜੀ ਦੀਆਂ ਸੂਈਆਂ ਨੇ ਕੀ ਫੈਸਲੇ ਹੁੰਦੇ ਨੇ
ਵੱਡਾ ਤਲਵਾਰ ਅਵਤਾਰ ਬਰਾੜ ਦੀ ਲੰਘੇ ਵਾਲੀਆਂ ਹਰ ਢੰਗ ਵਾਲੇ ਕਿੰਨੇ ਵੀ 365 ਤੇ ਬੈਠੇ ਨੇ ਮੇਰੇ ਵੀਰੇ ਸ਼ੁਦਾਈ ਇਹ ਕਬੱਡੀ ਕਿੰਨੇ ਵੀ ਪੰਜਾਬ ਦਾ ਹਰ ਇੱਕ ਕਬੱਡੀ ਕੱਪ ਦਿੰਦਾ ਹੈ ਲਓ ਅਗਲੀ ਕਬੱਡੀ ਰੋੜੀ ਕਪੂਰੇ ਪਿੰਡ ਵਾਲੇ ਦੀ ਤੇ ਕਰ ਵੀ ਅਮਰਗੜ੍ਹ ਵਾਲੇ ਉਸ ਗੱਭਰੂ ਦੀ ਗੱਲ ਕਹਿੰਦੇ ਵੀਕਾ ਕਹਿੰਦੇ ਇਸ ਨੌਜਵਾਨ ਖਿਡਾਰੀ ਨੂੰ ਦੁਨੀਆ ਮਹਾਨ ਖਿਡਾਰੀਆਂ ਦੇ ਜਦੋਂ ਨਾਂ ਇੱਕ ਦੂਜੇ ਦੇ ਲੈ ਜਾਂਦੇ ਨੇ ਉਦੋਂ ਗੱਲ ਵੱਖਰੀ ਬਣ ਜਾਂਦੀ ਹੈ ਗੁਰਦੇਸਿਆਂ ਪਰ ਇਸ ਨੌਜਵਾਨ ਨੂੰ ਵੀਕਾ ਰੋੜੀ ਕਪੂਰੇ ਵਾਲਾ ਕਹਿੰਦੇ ਹੈ ਇਧਰਲੇ ਪਾਸੇ ਸੋਨੂ ਤੇ ਨਾਲ ਕਹਿੰਦੇ ਵੀ ਆਹ ਖਿਡਾਰੀ ਕੋਸ਼ਿਸ਼ ਕਰਦਾ ਹੋਇਆ ਇਧਰੋਂ ਮਚਾਟੀ ਵਾਲੇ ਸਰਦਾਰ ਸੇਵਾ ਸਿੰਘ ਜੀ ਇਸ਼ਾਰਾ ਕਰਦੇ ਨੇ ਜਿਹੜਾ ਰੇਡਰ ਦਾ ਕਿਉਂਕਿ ਕਾਰੋਬਾਰ ਚਲੇ ਗਏ ਨੇ ਉਧਰ ਲੰਗੇ ਵਾਲੇ ਦਾ ਨਿਰਮਲ ਵੀ ਵਿਸ਼ੇ ਤੌਰ ਤੇ ਪੁੱਜਿਆ ਆਪਾਂ ਧੰਨਵਾਦ ਕਰਦੇ ਹਾਂ ਸਾਰੇ ਵੀਰਾਂ ਦਾ ਸਾਡੇ ਅਫੀਸ਼ਲਾਂ ਦਾ ਸਾਰੇ ਨੌਜਵਾਨਾਂ ਕਬੱਡੀ ਸਿਕੰਦਰ ਕਹਿੰਦਾ ਕੁਝ ਨੀ ਦੁਨੀਆ ਅੰਦਰ ਖਾਲੀ ਹੱਥੀ ਗਿਆ ਸਿਕੰਦਰ ਮੇਲਾ ਚਾਰ ਦਿਨਾਂ ਦਾ ਮੇਲਾ ਚਾਰ ਦਿਨਾਂ ਦਾ ਹੱਸ ਲੈ ਗਾਲਾ ਜਸ਼ਨ ਮਨਾ ਲੈ ਬੀਤੇ ਵੇਲੇ ਨੂੰ ਫੇਰ ਪਛਤਾਏਗੀ ਤੂੰ ਜਦ ਮੂੰਹ ਵਿੱਚ ਨਾ ਤੇਰੇ ਦੰਦ ਰਹਿਣੇ ਕਿਹਨੂੰ ਹੱਸ ਕੇ ਵਿਖਾਏਗੀ ਤੂੰ ਘੋੜੇ ਦੀ ਸਵਾਰੀ ਕਰ ਪੈਰਾਂ ਚਿਰ ਕਾਵਨੀ ਕਿ ਵਾਹ ਨੀ ਜਵਾਨੀਏ ਤੇਰਾ ਵੀ ਜਵਾਬ ਨੀ ਵਾਹ ਨੀ ਜਵਾਨੀਏ ਤੇਰਾ ਵੀ ਜਵਾਬ ਨੀ ਇਧਰੋਂ ਫੇਰ ਲੱਗ ਗਿਆ ਜੱਫਾ ਕਿ ਲੱਗ ਗਿਆ ਜੱਫਾ ਯਾਰ ਉਹ ਧਾਵੀ ਗਿਆ ਡੱਕਿਆ ਚੜ ਜਾਂਦਾ ਚਾਹ ਜੀ ਨੇ ਸਭ ਕੁਝ ਤੱਕਿਆ ਲੱਗ ਗਿਆ ਜੱਫਾ ਤੇ ਧਾਵੀ ਗਿਆ ਡੱਕਿਆ ਉਧਰ ਆਪਾਂ ਅਗਲੀ ਟੀਮ ਨੂੰ ਸੱਦਾ ਦੇ ਦਈਏ ਬਈ ਕਿਹੜੀ ਟੀਮ ਹੈ ਸਾਡੇ ਮਾਸਟਰ ਦਲਵੀਰ ਸਿੰਘ ਜੀ ਉਹ ਇਸ਼ਾਰਾ ਕਰਨਗੇ ਵੀ ਇਸ ਤੋਂ ਬਾਅਦ ਆਪਾਂ ਕਿਹੜਾ ਮੈਚ ਕਰਵਾਉਣਾ ਹੈ ਤੇ ਓਪਨ ਦੀਆਂ ਕਿੰਨੀਆਂ ਕੁ ਟੀਮਾਂ ਸਾਡੇ ਦਰਮਿਆਨ ਪੁੱਜੀਆਂ ਨੇ ਉਹਨਾਂ ਦੀ ਜਿਹੜੀ ਲਿਸਟ ਆਪਾਂ ਪਹੁੰਚਦੀ ਕਰ ਦਿਓ ਸਾਰੇ ਵੀਰਾਂ ਨੂੰ ਵੱਡੀ ਬੇਨਤੀ ਹੈ ਇਧਰੋਂ ਇੱਕ ਯਾਦਗਿਰੀ ਫੋਟੋ ਹੋ ਰਹੀ ਹੈ ਸਾਡੇ ਪੁਆਇੰਟਾਂ ਵਾਲੇ ਵੀਰ ਜਿਹੜੇ ਬੈਠੇ ਨੇ ਗੱਗੂ ਮੰਮਣਾ ਤੇ ਸਾਡਾ ਵੀਰ ਬਰਗਾੜੀ ਤੋਂ ਵਿਸ਼ੇ ਤੌਰ ਤੇ ਪੁੱਜਿਆ ਹੋਇਆ ਠੀਕ ਸਿਆਟਲ ਇਧਰੋਂ ਕਹਿੰਦੇ ਮੱਖਣ ਸਿੰਘ ਜੱਸੜ ਦਾ ਸਪੁੱਤਰ ਆਰਮੀ ਦੇ ਵਿੱਚ ਹੈ ਬਹੁਤ ਸੋਹਣੇ ਜੱਫਿਆਂ ਦੀ ਗੱਲ ਕਰ ਰਿਹਾ ਭੋਲੂ ਵਾਲਾ ਪਿੰਡ ਤੇ ਪਰ ਆਹ ਖਿਡਾਰੀ ਨਾਗ ਦੇ ਤੌਰ ਤੇ ਆਪਾਂ ਇਸ ਨੌਜਵਾਨ ਨੂੰ ਜਾਣਦੇ ਹਾਂ ਕਿ ਪੁਆਇੰਟ ਜਿਹੜਾ ਧਾਵੀ ਦੇ ਹਿੱਸੇ ਦੇ ਵਿੱਚ ਜੁੜਦਾ ਹੋਇਆ ਤਾਂ ਇਹ ਵਿਕਿਆ ਨੌਜਵਾਨਾਂ ਕਬੱਡੀ ਚਰਚਾ ਅੱਜ ਕੱਲ੍ਹ ਜੋਰਾਂ ਤੇ ਅਠੂਰ ਭਰਾਵਾਂ ਦੀ ਪੂਰੇ ਵਰਲਡ 'ਚ ਗੱਲ ਚੱਲਦੀ ਸੁਖਬੀਰ ਸਰਾਵਾਂ ਦੀ ਬਿੱਟੂ ਦੁਗਾਲ ਦੇ ਜੱਫਿਆਂ ਦੀ ਗੱਲ ਹੁੰਦੀ ਰਹਿੰਦੀ ਏ ਬੱਲੇ ਗੋਗੋ ਬੱਲੇ ਦੁਨੀਆ ਕਹਿੰਦੀ ਰਹਿੰਦੀ ਏ ਕੰਮ ਸਰਾਵਾਂ ਇਹਨਾਂ ਤੇ ਰੱਬ ਦੀ ਕਿਰਪਾ ਭਾਰੀ ਬਈ ਬਸਦੀ ਰਹੇ ਕਬੱਡੀ ਜਿਉਂਦੇ ਰਹਿਣ ਖਿਡਾਰੀ ਬਈ ਬਸਦੀ ਰਹੇ ਕਬੱਡੀ ਜਿਉਂਦੇ ਰਹਿਣ ਖਿਡਾਰੀ ਬਈ ਇਧਰੋਂ ਆਰਮੀ ਵਾਲਾ ਨੌਜਵਾਨ ਵਾਹ ਨਹੀਂ ਰਿਸਾ ਹਰਜੀਤ ਇੱਕ ਪਾਸੇ ਵਿਕਾ ਪਰ ਗੱਭਰੂ ਦੇਸ਼ ਪੰਜਾਬ ਦੇ ਜੁੱਸਿਆਂ ਦੇ ਵਿੱਚ ਜਾਣ ਗਜ ਗਜ ਚੌੜੀਆਂ ਛਾਤੀਆਂ ਦਿੰਦੇ ਠਲ ਤੂਫਾਨ ਇਹ ਅੰਬਰ ਗੁੱਡੀ ਚਾੜਦੇ ਟਾਕੀ ਲਾਉਂਦੇ ਵਿੱਚ ਸਮਾਨ ਇਹ ਤਨ ਮਨ ਦੇ ਨਾਲ ਜੂਝਦੇ ਬਾਰਡਰ ਹੋਵੇ ਜਾਂ ਖੇਡ ਮੈਦਾਨ ਤਾਈਓ ਰੱਬ ਵਰਗਾ ਹੈ ਦੋਸਤੋ ਮਿੜਗੇ ਇਹਨਾਂ ਨੂੰ ਕਰਦਾ ਪਿਆਰ ਸਿਕੰਦਰ ਇੱਕ ਮਾੜੀ ਦਾ ਕਹਿੰਦੇ ਮਹਾਨ ਖਿਡਾਰੀ ਪਰ ਇਹ ਖਿਡਾਰੀ ਸਮੇਂ ਭੋਲੂ ਵਾਲੇ ਪਿੰਡ ਦਾ ਅੱਗੇ ਵੱਧ ਕੇ ਕਬੱਡੀ ਪਾ ਰਿਹਾ ਧੂੜ ਉੱਡਦੀ ਹੈ ਮਾਂ ਮਿੱਟੀ ਦੀ ਔਰ ਸਾਹਮਣੇ ਇੱਕ ਪਾਸੇ ਸ਼ਕੂਰ ਵਾਲਾ ਹਿੰਦਾ ਮਹਾਨ ਖਿਡਾਰੀ ਹੈ ਔਰ ਇਸ ਨੌਜਵਾਨ ਦੇ ਲਈ ਫੌਜੀ ਦੇ ਲਈ ਬਹੁਤ ਸਾਰਾ ਪਿਆਰ ਹੈ ਲੈ ਵੀ ਨੌਜਵਾਨਾਂ ਗੱਗੂ ਫੜ ਬਾਈ ਸੁਖਮੰਦਰ ਵੱਲੋਂ ਜਿਹੜਾ ਫੌਜੀ ਜੱਸੜ ਦੇ ਲਈ ਜਿਹੜਾ ਬਹੁਤ ਸਾਰਾ ਪਿਆਰ ਹੈ ਇਧਰੋਂ ਗੋਪੀ ਨੌਜਵਾਨ ਹੱਥ ਲਾ ਕੇ ਭੱਜਿਆ ਜਾਂਦਾ ਹੈ ਕਬੱਡੀ ਪਾਉਣ ਦੇ ਲਈ ਇੱਕ ਫਰੰਦੀਪੁਰੀਆ ਦੁਨੀਆ ਦਾ ਟੌਪ ਦਾ ਜਾਫੀ ਇੱਕ ਕਹਿੰਦੇ ਗੋਪੀ ਥਿੰਗਲੀ ਵਾਲਾ ਇੱਕ ਆਹ ਨੌਜਵਾਨ ਖਿਡਾਰੀ ਜਿਹੜਾ ਪੁਆਇੰਟ ਲੈ ਕੇ ਵਾਪਸ ਆਉਂਦਾ ਹੋਇਆ ਰੋੜੀ ਕਪੂਰੇ ਪਿੰਡ ਦਾ ਇਧਰੋਂ ਕਾਲੇ ਨਾਗ ਦੀ ਪੈਂਦੀ ਹੈ ਹੈਲੋ ਹੈਲੋ ਬੂਟਾ ਸਿੰਘ ਜੀ ਸਾਬ ਕੱਪ ਜਦ ਮੈਂਬਰ ਸਟੇਜ ਤੇ ਪਹੁੰਚਣਾ ਬੂਟਾ ਸਿੰਘ ਜੀ ਲੈ ਬਈ ਬੱਗੀ ਇਸ ਨੌਜਵਾਨ ਨੂੰ ਬਾਹਰ ਕੱਢ ਇਧਰੋਂ ਤਾਜ਼ਾ ਕੱਢ ਦਿਆਂ ਬੂਟਾ ਸਿੰਘ ਆ ਜਾਓ ਓਪਨ ਦੀਆਂ ਟਾਂਗੀਆਂ ਪੈਣ ਲੱਗੀਆਂ ਨੇ ਕਿ ਪੈ ਗਈਆਂ ਨੇ ਪਹਿਲਾਂ 75 ਕਿੱਲੇ ਕੱਢ ਰਹੇ ਆ ਅੱਜ ਅਗਲਾ ਰਾਊਂਡ ਠੀਕ ਹੈ ਜੀ ਸੈਮੀ ਫਾਈਨਲ ਬੱਲੇ 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 ਹੋ ਗਈ ਮਿੱਤਰੋ ਇਹ ਕੌਡੀ 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 ਇੱਥੇ ਗੱਲ ਕਹਿ ਦਈਏ ਵੀ ਸੋਹਣੀ ਨੇ ਕੀਤੀ ਸੀ ਝਨਾ ਦੇ ਅੱਗੇ ਕਿ ਕਿੱਥੇ ਆ ਕੇ ਕਰਮਾਂ ਨੇ ਦਿੱਤੀ ਹਾਰ ਵੇ ਘੜਿਆ ਝਨਾ ਤੂੰ ਮੈਨੂੰ ਲਾ ਦੇ ਪਾਰ ਵੇ ਇੱਕ ਪਾਸੇ ਜੱਗ ਦੂਜੇ ਪਾਸੇ ਜਾ ਰਵੇ ਹੁਣ ਵੇਖਣਾ ਵਿੱਕੇ ਦੀ ਕਬੱਡੀ ਕਿ ਹਰਜੀਤ ਦੇਖ ਕੇ ਜਦ ਵੀ ਮੱਥਾ ਰੇਡਾ ਪਾਉਂਦਾ ਸੀ ਵਿੱਚ ਟੋਰਾਂਟੋ ਜਾ ਕੇ ਆਪਣਾ ਨਾਂ ਚਮਕਾਉਂਦਾ ਸੀ ਤਲਵਾਰ ਗੁੜਦਾ ਪੱਕਾ ਸਾਇਆ ਵਿੱਚ ਮੈਦਾਨਾਂ ਦੇ ਵੇਖਣ ਵਾਲੇ ਹੁੰਦੇ ਦੋਸਤੋ ਯੋਰ ਜਵਾਨਾਂ ਦੇ ਵੇਖਣ ਵਾਲੇ ਹੁੰਦੇ ਦੋਸਤੋ ਯੋਰ ਜਵਾਨਾਂ ਦੇ ਇਧਰੋਂ ਨੌਜਵਾਨ ਸਿਕੰਦਰ ਹੈ ਆਪਾਂ ਸਾਰੇ ਹੀ ਵਿਛੜੇ ਖਿਡਾਰੀਆਂ ਨੂੰ
ਨਿੱਘੀ ਸ਼ਰਧਾਂਜਲੀ ਭੇਟ ਕਰਦੇ ਹਾਂ ਕਿ ਬਾਜੇ ਦਾ ਹਰਜੀਤ ਬਰਾੜ ਸੀ ਕਬੱਡੀ ਦਾ ਧਰੂ ਤਾਰਾ ਖੋਇਆ ਸਾਥੋਂ ਮੌਤ ਨੇ ਅੰਬੀ ਠੂਰ ਪਿਆਰਾ ਕੇਵਲ ਸੇਖਾ ਕੇਵਲ ਲੋਪੋ ਤੇ ਕੌਂਕਿਆਂ ਦਾ ਤਲਵਾਰ ਰੋਈ ਕਬੱਡੀ ਮਾਂ ਦੀ ਅੱਖ ਜਦੋਂ ਵਿਛੜੇ ਹੋਏ ਸਟਾਰ ਟੀਮੇ ਸਹੇੜੀ ਵਾਲੇ ਤੇ ਲੈ ਬੜੀ ਹਥਿਆਰੀ ਨਜ਼ਾਮਪੁਰ ਦਾ ਤੇਜੀ ਇਸਨੇ ਲੱਤੋਂ ਕਰਤਾਰੀ ਲੰਘਿਆਣੇ ਦੇ ਜੋਧੇ ਘਾਟਾ ਕਦੇ ਨੀ ਪੂਰਾ ਹੋਣਾ ਹੁਣ ਸਾਡੇ ਤੋਂ ਮੌਤ ਨੇ ਖੋਲਿਆ ਧੂੜਕੋਟ ਦਾ ਮੋਹਣਾ ਹੁਣ ਸਾਡੇ ਤੋਂ ਮੌਤ ਨੇ ਖੋਲਿਆ ਧੂੜਕੋਟ ਦਾ ਮੋਹਣਾ ਉਹਨਾਂ ਵਿਛੜੀਆਂ ਯਾਦਾਂ ਨੂੰ ਉਹਨਾਂ ਵਿਛੜੇ ਖਿਡਾਰੀਆਂ ਨੂੰ ਇੱਕ ਸਰਾਮਾ ਦੇ ਕਬੱਡੀ ਖੇਡ ਮੇਲੇ ਦੇ ਉੱਪਰ ਆਪਾਂ ਨਿੱਘੀ ਸ਼ਰਧਾਂਜਲੀ ਭੇਟ ਕਰਦੇ ਹਾਂ ਪਰ ਇਧਰੋਂ ਨੌਜਵਾਨ ਗੋਪੀ ਹੈ ਉਧਰੋਂ ਕਹਿੰਦੇ ਆਰਮੀ ਵਿੱਚ ਹੈ ਕਬੱਡੀ ਦਾ ਸ਼ੌਂਕ ਹੈ ਇਸ ਨੌਜਵਾਨ ਨੂੰ ਜਫਾ ਲਾਉਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਪੁਆਇੰਟ ਜਿਹੜਾ ਧਾਵੀ ਦੇ ਹਿੱਸੇ ਦੇ ਵਿੱਚ ਜੁੜਦਾ ਹੋਇਆ ਇਧਰੋਂ ਹੌਲਦਾਰ ਸਾਹਿਬ ਵੱਡਾ ਮਾਣ ਕਰਦੇ ਨੇ ਖਿਡਾਰੀਆਂ ਦਾ ਇਸ ਨੌਜਵਾਨ ਨੂੰ ਉਹ ਕਬੱਡੀ ਓਪਨ ਦੇ ਆਪਣੇ ਬਾਈ ਸੇਵਾ ਸਿੰਘ ਮਚਾਕੀ ਰੋਡੇ ਬੀ ਟੀਮ ਨਹੀਂ ਆਈ ਸਮਾਲ ਸਰ ਇਧਰੋਂ ਪੈਂਦੀ ਹੋਈ ਕਬੱਡੀ ਤੇ ਮੈਨੂੰ ਲੱਗਦਾ ਵੀ ਗਿੱਟਾ ਚੱਕਿਆ ਪ੍ਰੋਫੈਸਰ ਗੁਰਦੇਵ ਸਿੰਘ ਕਲੱਬ ਜਾਉਣ ਵਾਲਾ ਇਹ ਵੀ ਸਾਡੇ ਕੋਲ ਪਹੁੰਚ ਜਾਣ ਪ੍ਰੋਫੈਸਰ ਗੁਰਦੇਵ ਸਿੰਘ ਕਲੱਬ ਜਾਉਣ ਵਾਲਾ ਵਿਕੇ ਦੀ ਕਬੱਡੀ ਔਰ ਅਸ਼ਰਫ ਅਗਲੀ ਗੱਲ ਕਰੇਗਾ ਸਾਡੀ ਸਰਾਵਾਂ ਦੀ ਵੀ ਓਪਨ ਟੀਮ ਦੀ ਹਲੇ ਤੱਕ ਐਂਟਰੀ ਨਹੀਂ ਆਏਗੀ ਸਰਾਵਾਂ ਓਪਨ ਟੀਮ ਲਓ ਖੀਰ ਮੈਦਾਨ ਦੇ ਵਿੱਚ ਕਬੱਡੀ ਕਹਿੰਦੇ ਵੀ ਰੋੜੀ ਕਪੂਰੇ ਪਿੰਡ ਦੇ ਵਿਕੇ ਦੀ ਪੈਂਦੀ ਏ ਇੱਕ ਤਲਵੰਡੀ ਚੌਧਰੀਆਂ ਪਿੰਡ ਦਾ ਵਿਕਾ ਹੋਇਆ ਮੇਰੇ ਵੀਰੋ ਕਬੱਡੀ ਜਗਪੁਰਾ ਮਹਾਨ ਖਿਡਾਰੀ ਲਓ ਆਹ ਵਿਕਾ ਮੈਦਾਨ ਦੇ ਵਿੱਚ ਰੋੜੀ ਕਪੂਰੇ ਪਿੰਡ ਵਾਲਾ ਫਰੀਦਕੋਟ ਗਿਆ ਉਧਰਲੇ ਪਾਸੇ ਆਰਮੀ ਵਾਲਾ ਹਰਜੀਤ ਮੇਰੇ ਵੀਰੋ ਕਹਿੰਦੇ ਵੀ ਜੱਦੀ ਪਿੰਡ ਸਰਾਮ ਹੈ ਪਰ ਆਈ ਕੇ ਨੌਜਵਾਨ ਧਾਵੀ ਦਾ ਚੱਲ ਵੀ ਸ਼ਕੰਦਰਾ ਪਾ ਗੱਬਰ ਗਿਆ ਕਬੱਡੀ ਵੱਡਾ ਧੰਨਵਾਦ ਬਾਬਾ ਜੈ ਸ਼੍ਰੀ ਰਾਮ ਜੀ ਸਪੋਰਟਸ ਕਲੱਬ ਦੇ ਸਾਰੇ ਹੀ ਅਹੁਦੇਦਾਰ ਵੀਰਾਂ ਦਾ ਪੂਰੀ ਮੈਨੇਜਮੈਂਟ ਦਾ ਸਰਦਾਰ ਪੱਪੂ ਸਿੰਘ ਜੀ ਸੰਧੂ ਸਾਹਿਬ ਮਾਸਟਰ ਦਲਵੀਰ ਜੀ ਇਕਬਾਲ ਸਰਾਮ ਵਰਗੇ ਉੱਥੇ ਮੱਖਣ ਸਿੰਘ ਜੀ ਜੱਸੜ ਕਬੱਡੀ 75 ਕਿਲੋ ਭਾਰ ਦਾ ਜਿਨ੍ਹਾਂ ਨੂੰ ਬਣੀ ਪਹਿਲਾ ਇਨਾਮ ਦਿੱਤਾ ਜਾਣਾ ਹੈ ਕਹਿੰਦੇ ਵੀ ਸ਼ਿਕੰਦਰ ਦੀ ਕਬੱਡੀ ਏ ਇੱਕ ਦੁਨੀਆ ਦਾ ਬਾਦਸ਼ਾਹ ਹੋਇਆ ਇੱਕ ਸ਼ਿਕੰਦਰ ਮੇਰੇ ਵੀਰੋ ਕਾਂਜਲੀ ਵਾਲਾ ਇੱਕ ਮਾੜੀ ਵਾਲਾ ਸ਼ਿਕੰਦਰ ਯਾਰ ਕਬੱਡੀ ਕਲੱਬ ਐਡਮਿੰਟਨ ਦੀ ਟੀਮ ਦਾ ਕਹਿੰਦੇ ਵੀ ਕਪਤਾਨ ਹੈ ਲਓ ਆਈ ਕੇ ਸ਼ਿਕੰਦਰ ਦਾ ਆਈ ਕੇ ਭੋਲੂ ਵਾਲੇ ਪਿੰਡ ਦੀ ਟੀਮ ਦਾ ਚੱਲ ਵੀ ਨੌਜਵਾਨ ਗੋਪੀ ਪਾ ਪਲਵਾਨਾ ਕਬੱਡੀ ਲੋ ਗੋਪੀ ਦੀ ਅਗਲੀ ਕਬੱਡੀ ਪੈਂਦੀ ਹੈ ਖੇਡ ਮੈਦਾਨ ਵਿੱਚ ਰੋੜੀ ਕਪੂਰੇ ਪਿੰਡ ਵਾਲੇ ਦੀ ਕਿ ਮੋਗੇ ਜ਼ਿਲ੍ਹੇ ਦਾ ਜਿਹਨੂੰ ਮਾਣ ਕਹਿੰਦੇ ਨੇ ਕਿ ਮੋਗੇ ਜ਼ਿਲ੍ਹੇ ਦਾ ਜਿਹਨੂੰ ਮਾਣ ਕਹਿੰਦੇ ਨੇ ਪਿਆਰ ਨਾਲ ਨਾਂ ਜੀ ਦਾ ਅਵਤਾਰ ਲੈਂਦੇ ਨੇ ਹਾਂ ਇੱਕ ਕਾਂਗ ਵਿੱਚ ਵਸਦਾ ਜੋ ਉਹਨੂੰ ਦਿਲਬਾਗ ਦਾ ਯਾਰ ਕਹਿੰਦੇ ਨੇ ਦਸਵਾਂ ਦਸਵੰਧ ਜੋ ਕਬੱਡੀ ਦੇ ਲਈ ਲੇਖੇ ਲਾਉਂਦਾ ਉਹਨੂੰ ਲੰਘਿਆਣੇ ਪਿੰਡ ਦਾ ਅਵਤਾਰ ਵਿਰਾੜ ਕਹਿੰਦੇ ਨੇ ਉਹਨੂੰ ਲੰਘਿਆਣੇ ਪਿੰਡ ਦਾ ਅਵਤਾਰ ਵਿਰਾੜ ਕਹਿੰਦੇ ਨੇ ਵੱਡੀ ਦੇਣ ਹੈ ਪੂਰੇ ਬਾਬਾ ਜੈ ਸ਼੍ਰੀ ਰਾਮ ਜੀ ਸਪੋਰਟਸ ਕਲੱਬ ਦੇ ਲਈ ਮੁਬਾਰਕਬਾਦ ਭੇਜਦੇ ਨੇ ਸਾਡੇ ਐਨਆਰਈ ਵੀਰ ਵੱਡੀ ਦੇਣ ਹੈ ਵਿਦੇਸ਼ੀ ਵੀਰਾਂ ਦੀ ਲਓ ਅਗਲੀ ਕਬੱਡੀ ਖੇਡ ਮੈਦਾਨ ਵਿੱਚ ਫਿਰ ਲਾਜੋ ਨੇ ਭੋਲੂ ਵਾਲੇ ਪਿੰਡ ਦਾ ਪਾਉਂਦਾ ਲਓ ਸ਼ੀਨੀਆਂ ਮਾਮਾ ਦੇ ਚਾਰ ਬੱਬਰ ਸ਼ੇਰ ਪੁੱਤ ਨੇ ਕਿਹੜਾ ਲਾਜੋ ਵਰ ਕੇ ਗਿੱਟੇ ਕੈਚ ਕਰੇਗਾ ਲਓ ਇੱਕ ਕੰਨੀ ਤੇ ਰੋੜੀ ਕਪੂਰੇ ਦੇ ਜੱਸੇ ਨੂੰ ਟੱਚ ਕੀਤਾ ਪਰ ਅੰਕ ਧਾਵੀ ਦੇ ਲਈ ਚੱਲ ਵੀ ਨੌਜਵਾਨ ਵਿਕਿਆ ਪਾਗਲੀ ਕਬੱਡੀ ਕਹਿੰਦੇ ਗੋਰੇ ਹੁਣਾਂ ਦਾ ਪਿੰਡ ਹੈ ਰੂੜੀ ਕਪੂਰਾ ਪਿੰਡ ਸਮੇਂ ਸਮੇਂ ਤੇ ਕਹਿੰਦੇ ਵੀ ਵਧੀਆ ਖਿਡਾਰੀ ਪੈਦਾ ਕੀਤੇ ਇਹਨਾਂ ਨਗਰਾਂ ਨੇ ਲਓ ਨੌਜਵਾਨ ਵਿਕਾ ਰੂੜੀ ਕਪੂਰੇ ਪਿੰਡ ਦਾ ਵੜ ਕੇ ਕਬੱਡੀ ਪਾ ਰਹੇ ਹੈ ਖੇਡ ਮੈਦਾਨ ਵਿੱਚ ਹੁਣ ਤਾਂ ਹਰ ਕੋਈ ਲੈਂਦਾ ਹੈ ਖੁਸ਼ਬੂ ਫੁੱਲ ਗੁਲਾਬੀਆਂ ਦੀ ਤੇ ਥਾਂ ਥਾਂ ਵੇਖੀਏ ਮਿੱਤਰੋ ਹੁਣ ਮੈਂ ਚੜ੍ਹਤ ਪੰਜਾਬੀਆਂ ਦੀ ਵਿੱਚ ਵਿਦੇਸ਼ਾਂ ਕਰਨ ਕਮਾਈਆਂ ਡਾਲਰ ਪਾਉਣ ਕਮਾਉਂਦੇ ਹੈ ਘੋੜੀਏ ਵਾਲਾ ਭਿੰਦਰਾ ਜਿਹੜੇ ਵਿੱਚ ਪੰਜਾਬ ਦੇ ਕਬੱਡੀ ਕੱਪ ਕਰਵਾਉਂਦੇ ਹੈ ਘੋੜੀਏ ਵਾਲਾ ਭਿੰਦਰਾ ਜਿਹੜੇ ਵਿੱਚ ਪੰਜਾਬ ਦੇ ਕਬੱਡੀ ਕੱਪ ਕਰਵਾਉਂਦੇ ਮੈਚ ਦੀ ਸਮਾਪਤੀ ਏ ਚੱਲਦੇ ਹੋਏ ਮੈਚ ਦੇ ਵਿੱਚੋਂ ਰੋੜੀਕਪੁਰੇ ਪਿੰਡ ਦੀ ਟੀਮ ਜਿਹੜੀ ਵਿਨਰ ਰਹੀ ਏ ਨੋਟ ਕਰ ਲਿਓ ਮਾਸਟਰ ਦਲਵੀਰ ਸਿੰਘ ਜੀ ਰੋੜੀਕਪੁਰੇ ਦੀ ਟੀਮ ਇਸ ਮੈਚ ਦੀ ਜੇਤੂ ਟੀਮ ਹੈ ਰੋੜੀਕਪੁਰਾ ਅਗਲਾ ਮੈਚ ਰਾਮਪੁਰਾ ਵਰਸਸ ਧੂੜਕੋਟ ਸੈਮੀਫਾਈਨਲ ਰਾਮਪੁਰਾ ਵਰਸਸ ਧੂੜਕੋਟ ਰਾਮਪੁਰਾ ਵਰਸੀ ਧੂੜਕੋਟ ਅਗਲੇ ਮੈਚ ਦੀਆਂ ਦੋਨੋਂ ਟੀਮਾਂ ਜਲਦੀ ਦੇ ਨਾਲ ਖੇਡ ਗਰਾਊਂਡ ਦੇ ਲਾਗੇ ਪੁੱਜਾ ਨੇ ਰਾਮਪੁਰਾ ਵਰਸੀ ਧੂੜਕੋਟ ਕਬੱਡੀ 75 ਕਿਲੋ ਭਾਰ ਦੇ ਟੀਮਾਂ ਹੈਲੋ ਬਾਈ ਮੈਚ ਚੱਲਦੇ ਦੌਰਾਨ ਜਿਹੜਾ ਜਿਹੜੀ ਵੀ ਟੀਮ ਆ ਕੇ ਤਰਾਜ ਦੇਊਗੀ ਸਾਨੂੰ ਉਹਦਾ ਤਰਾਜ ਮੰਨਿਆ ਜਾਊਗਾ ਮੈਚ ਖਤਮ ਹੋਣ ਤੋਂ ਬਾਅਦ ਕੋਈ ਤਰਾਜ ਨਹੀਂ ਗਾ ਮੈਚ ਦੇ ਦੌਰਾਨ ਨਾਲ ਹੀ ਉੱਧਰ ਬਾਬਾ ਜੀ ਦੀ ਦਰਗਾਹ ਤੇ ਟੁੱਟ ਲੰਗਰ ਵਰਤਾਇਆ ਜਾ ਰਿਹਾ ਹੈ
ਜਿਹੜੇ ਵੀ ਦਰਸ਼ਕ ਵੀਰਾਂ ਨੇ ਜਾਂ ਖਿਡਾਰੀ ਵੀਰਾਂ ਨੇ ਲੰਗਰ ਛਕਣਾ ਹੋਵੇ ਤਾਂ ਛਕ ਸਕਦੇ ਹੈ। ਵੱਡਾ ਧੰਨਵਾਦ ਹੈ ਲੰਗਰ ਕਮੇਟੀ ਦਾ। ਨਾਲ ਮੇਰੇ ਵੀਰ ਪ੍ਰਦੀਪ ਵਰਗੇ ਹੈਪੀ ਹੋਣੀ, ਗੁਰਪ੍ਰੀਤ ਗੁੜ ਵਰਗੇ, ਰਮਨ ਵਰਗੇ, ਲੱਕੀ ਵਰਗੇ, ਲੱਖੇ ਵਰਗੇ, ਲਾਲੇ ਵਰਗੇ, ਕਬੱਡੀ 365 ਵਾਲੇ ਯਾਰੇ, ਰਾਮਪੁਰਾ ਵਰਸ ਧੂੜਕੋਟ ਸਾਈ ਮੇਹਰ ਸ਼ਾਹ ਕਲੱਬ ਦਾ ਮੈਚ ਆ ਜਿਹੜਾ ਰੋੜੀ ਕਪੂਰੇ ਨਾਲ ਹੀ ਰੋਡਿਆਂ ਦੀ ਟੀਮ ਦਾ ਵਾਜਾ ਵਾਜਾ ਰੋਡਿਆਂ ਵਾਲਾ ਉਹ ਸਟੇਜ ਦੇ ਉੱਪਰ ਆ ਕੇ ਰਾਬਤਾ ਕਾਇਮ ਕਰੇ ਵਾਜਾ ਰੋਡਿਆਂ ਵਾਲਾ। ਧੂੜਕੋਟ ਤੇ ਰਾਮਪੁਰਾ ਪਹਿਲੋ ਸੈਮੀਫਾਈਨਲ ਦੀਆਂ ਦੋਨੋਂ ਟੀਮਾਂ ਜਲਦੀ ਦੇ ਨਾਲ ਪ੍ਰਧਾਨ ਖੇਡ ਗਰਾਊਂਡ ਦੇ ਵਿੱਚ ਆਉਣ। ਧੂੜਕੋਟ ਵਰਸੋ ਰਾਮਪੁਰਾ, ਧੂੜਕੋਟ ਤੇ ਰਾਮਪੁਰਾ ਕਬੱਡੀ 75 ਕਿਲੋ ਭਾਰ ਦੇ ਪਹਿਲੇ ਸੈਮੀਫਾਈਨਲ ਮੈਚ ਦੀਆਂ ਟੀਮਾਂ ਜਲਦੀ ਦੇ ਨਾਲ ਖੇਡ ਗਰਾਊਂਡ ਦੇ ਵਿੱਚ ਆਉਣ। ਧੂੜਕੋਟ ਤੇ ਰਾਮਪੁਰਾ। ਹੈਲੋ ਗੁਰਾਂਤਾ ਸਿੰਘ ਸਰਾਂ, ਸਨ ਆਫ ਬੰਤ ਸਿੰਘ ਸਟੇਜ ਤੇ ਪਹੁੰਚੇ। ਨਾਲ ਹੀ ਮੇਰਾ ਵੀਰ ਨਿਰਮਲ ਲੰਗਿਆਣੀਆ। ਜਿਹੜੇ ਵੀ ਖਿਡਾਰੀ ਕਬੱਡੀ ਦੇ ਵਿੱਚ ਖੇਡਦੇ ਆ ਬਾਈ ਜੀ, ਧਿਆਨ ਦੇ ਨਾਲ ਗੱਲ ਸੁਣ ਲਓ। ਮੈਚ ਚੱਲਦੇ ਦੌਰਾਨ ਜਿਹੜੀ ਵੀ ਟੀਮ ਸਾਡੇ ਕੋਲ ਆ ਕੇ ਇਤਰਾਜ਼ ਦੇਊਗੀ, 500 ਰੁਪਇਆ ਫੀਸ ਦੇਊਗੀ, ਪਰਚੀ ਕਟਾਊਗੀ, ਉਹਦਾ ਇਤਰਾਜ਼ ਮੰਨਿਆ ਜਾਊਗਾ। ਇਹ ਨਹੀਂ ਵੀ ਦੋ ਮੈਚ ਖੇਡਣ ਤੋਂ ਬਾਅਦ ਆ ਕੇ ਤੁਸੀਂ ਰੌਲਾ ਪਾਓ। ਮੈਚ ਉਦੋਂ ਅਗਲਾ ਵੀ ਖਤਮ ਹੋ ਗਿਆ, ਹੁਣ ਆ ਕੇ ਰੌਲਾ ਪਾਉਣ ਦਾ ਕੋਈ ਫਾਇਦਾ ਨਹੀਂ ਗਾ। ਸਾਨੂੰ ਮਜਬੂਰ ਨਾ ਕਰੋ, ਤੁਸੀਂ ਰੌਲਾ ਨਾ ਪਾਓ। ਮੈਚ ਚੱਲਦੇ ਦੌਰਾਨ ਤੁਸੀਂ ਮੈਚ ਰੋਕ ਕੇ ਆ ਕੇ ਸਾਡੇ ਕੋਲ ਇਤਰਾਜ਼ ਫੀਸ ਦਿਓ, ਪਰਚੀ ਕਟਾਓ ਆਪਦੀ, ਤੁਹਾਡਾ ਇਤਰਾਜ਼ ਮੰਨਿਆ ਜਾਊਗਾ। ਇਹ ਨਹੀਂ ਵੀ ਪਿੱਛੋਂ ਜੇ ਤਾਂ ਅਸੀਂ ਜਿੱਤ ਗਏ ਤਾਂ ਸਾਡਾ ਕੋਈ ਇਤਰਾਜ਼ ਨਹੀਂ, ਜੇ ਅਸੀਂ ਹਾਰ ਗਏ ਤਾਂ ਸਾਡਾ ਇਤਰਾਜ਼ ਹੈ। ਇਸ ਤਰ੍ਹਾਂ ਦੇ ਫੈਸਲੇ ਨਹੀਂ ਹੁੰਦੇ। ਕੱਲ 65 ਕਿਲੋ ਕਬੱਡੀ ਦੇ ਵਿੱਚ ਸਾਡੇ ਪਿੰਡ ਦੀ ਟੀਮ ਖੇਡਦੀ ਸੀਗੀ, ਉਹਨਾਂ ਨੇ ਇਤਰਾਜ਼ ਕੀਤਾ 500 ਰੁਪਈਏ ਦੀ, ਸਾਡੇ ਕੋਲ ਪਰਚੀ ਕੱਟੀ ਵੀ ਇਤਰਾਜ਼ ਫੀਸ ਦੀ ਉਹਨਾਂ ਦੀ। ਵੇਟ ਤੋਲਿਆ ਮੁੰਡੇ ਦਾ, ਉਹ ਖੇਡੇ ਮੁੰਡੇ ਜਿੱਤ ਗਏ। ਇਹ ਨਹੀਂ ਕੋਈ ਮਤਲਬ ਹੁੰਦਾ ਹੈਗਾ ਵੀ ਦੋ ਮੈਚ ਮੁੰਡੇ ਖੇਡ ਗਏ ਉਦੋਂ ਆ ਕੇ ਤੁਸੀਂ ਇਤਰਾਜ਼ ਕਰੀ ਜਾਂਦੇ ਵੀ ਸਾਡਾ ਇਤਰਾਜ਼ ਦਿਓ ਜੀ, ਸਾਡਾ ਇਤਰਾਜ਼ ਦਿਓ। ਨਾ ਕੋਈ ਫੀਸ ਜਮ੍ਹਾਂ ਕਰਾਈ ਹੈ, ਨਾ ਕੋਈ ਪਰਚੀ ਕਟਾਈ ਹੈ। ਕਬੱਡੀ 75 ਕਿਲੋ ਭਾਰ ਦੇ ਪਹਿਲੇ ਸੈਮੀਫਾਈਨਲ ਮੈਚ ਦੀਆਂ ਦੋਨੋਂ ਟੀਮਾਂ ਰਾਮਪੁਰਾ ਵਰਸੀ ਧੂੜਕੋਟ। 1 ਮਿੰਟ ਹੈ ਪ੍ਰਧਾਨ, ਦੋਨੋਂ ਟੀਮਾਂ ਨੂੰ ਜਲਦੀ ਗਰਾਊਂਡ ਦੇ ਵਿੱਚ ਆਉਣ। ਰਾਮਪੁਰਾ ਵਰਸੇ ਧੂੜਕੋਟ, ਦੋਨੋਂ ਟੀਮਾਂ ਨੂੰ ਪ੍ਰਵਾਨ ਹੈ, 1 ਮਿੰਟ ਹੈ, ਜਲਦੀ ਗਰਾਊਂਡ ਦੇ ਵਿੱਚ ਆਓ। ਗੁਰਾਂ ਦਿੱਤਾ ਰਾਮ, ਰਾਮ ਦਿੱਤੇ ਦਾ ਭਰਾ, ਉਹਨੂੰ ਬੇਨਤੀ ਹੈ ਵੀ ਉਹਨੂੰ ਸਟੇਜ ਤੇ ਬੁਲਾਈ ਜਾਂਦੇ ਆ। ਗੁਰਾਂ ਦਿੱਤਾ
ਸੇਵੇ ਆ ਗਏ ਰੋਡਿਆਂ ਵਾਲੇ ਆ ਗਏ ਰੋਡੇ ਵੀ ਰਾਮਪੁਰਾ ਵਰਸ ਜੀ ਧੂੜਕੋਟ ਦੀਆਂ ਦੋਨੋਂ ਟੀਮਾਂ ਪਲਵਾਨ ਜਲਦੀ ਗਰਾਊਂਡ ਦੇ ਵਿੱਚ ਆਉਣੇ ਰਾਮਪੁਰਾ ਵਰਸ ਜੀ ਧੂੜਕੋਟ ਕਬੱਡੀ 75 ਕਿਲੋ ਭਾਰ ਦੇ ਪਹਿਲੇ ਸੈਮੀਫਾਈਨਲ ਮੈਚ ਦੀਆਂ ਦੋਨੋਂ ਟੀਮਾਂ ਰਾਮਪੁਰਾ ਵਰਸ ਜੀ ਧੂੜਕੋਟ ਇੱਕ ਮਿੰਟ ਹੈ ਪਲਵਾਨ ਦੋਨੋਂ ਟੀਮਾਂ ਨੂੰ ਜਲਦੀ ਗਰਾਊਂਡ ਦੇ ਵਿੱਚ ਆਓ ਰਾਮਪੁਰਾ ਵਰਸ ਜੀ ਧੂੜਕੋਟ ਆਈ ਗੁਰਦੇਵ ਸਿੰਘ ਜੀ ਢਿੱਲੋਂ ਕੈਨੇਡਾ ਵਾਲੇ ਸਾਡੇ ਕੋਲ ਪਹੁੰਚੇ ਆ, ਇਹਨਾਂ ਦਾ ਬਹੁਤ ਬਹੁਤ ਅਸੀਂ ਧੰਨਵਾਦ ਕਰਦੇ ਹਾਂ। ਨਾਲ ਹੀ ਸਰਦਾਰ ਦਰਸ਼ਨ ਸਿੰਘ ਜੀ ਨੰਬਰਦਾਰ ਜੀ ਉਹ ਵੀ ਪਹੁੰਚੇ, ਉਹਨਾਂ ਦੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਕੋਠੇ ਚੱਕ ਭਾਗ ਸਿੰਘ ਓਪਨ ਕਬੱਡੀ ਦੇ ਜਿੰਨੇ ਵੀ ਖਿਡਾਰੀ ਇੱਥੇ ਪਹੁੰਚੇ ਹੈ, ਜਿਹੜੀਆਂ ਟੀਮਾਂ ਸਾਡੇ ਕੋਲ ਇੰਟਰ ਹੋਈਆਂ ਪਹੁੰਚ ਚੁੱਕੀਆਂ ਉਹਨਾਂ ਦੀਆਂ ਅਸੀਂ ਟਾਈਆਂ ਕੱਢਣ ਲੱਗੇ ਹਾਂ। ਨਾਲ ਹੀ ਰਾਮਪੁਰੇ ਪਿੰਡ ਦੀ ਟੀਮ ਜਿਹੜੀ ਗਰਾਊਂਡ ਦੇ ਵਿੱਚ ਪੁੱਜ ਗਈ ਹੈ, ਧੂੜਕੋਟ ਦੀ ਟੀਮ ਪਲਵਾਨ ਗਰਾਊਂਡ ਦੇ ਵਿੱਚ ਆਵੇ, ਧੂੜਕੋਟ ਦੀ ਟੀਮ ਹੈ ਉੱਥੇ ਵੱਡਾ ਧੰਨਵਾਦ ਸਾਡੇ ਸਤਿਕਾਰਯੋਗ ਵੀਰਾਂ ਦਾ ਜਿਨ੍ਹਾਂ ਨੇ ਆਪਣੀ ਦਸਾਂ ਨਾਹਾਂ ਦੀ ਕਿਰਤ ਕਮਾਈ ਦੇ ਵਿੱਚ ਦਸਵਾਂ ਦਸਵਾਂ ਦੇ ਇਸ ਖੇਡ ਕਬੱਡੀ ਕੱਪ ਦੇ ਲਈ ਪੂਜਦਾ ਕੀਤਾ ਹੈ। ਸਰਦਾਰ ਬਲਜਿੰਦਰ ਸਿੰਘ ਜੀ ਸਰਾਂ, ਸਰਦਾਰ ਦਰਸ਼ਨ ਸਿੰਘ ਜੀ ਕੈਨੇਡਾ ਵਾਲੇ, ਸਰਦਾਰ ਸਾਧੂ ਸਿੰਘ ਜੀ ਖਾਲਸਾ ਤੇ ਸਰਦਾਰ ਬੂਟਾ ਸਿੰਘ ਜੀ ਮੈਂਬਰ ਕੈਨੇਡਾ ਵਾਲੇ 85,000 ਰੁਪਇਆ ਪੁੱਜਦਾ ਕੀਤਾ ਇਸ ਕਬੱਡੀ ਕੱਪ ਦੇ ਲਈ, ਵੱਡਾ ਧੰਨਵਾਦ ਕਰਦੇ ਹਾਂ। ਸਰਦਾਰ ਮੱਖਣ ਸਿੰਘ ਜੀ ਜਸੜ ਤੇ ਨਾਲ ਸਰਦਾਰ ਬਸੰਤ ਸਿੰਘ ਜੀ ਜਸੜ, ਸਰਦਾਰ ਮਲਕੀਤ ਸਿੰਘ ਜੀ ਜਸੜ ਸਾਹਿਬ, ਹਾਲਦਾਰ ਗੁਰਜੰਟ ਸਿੰਘ ਜੀ ਜਸੜ, ਬੇਅੰਤ ਸਿੰਘ ਜੀ ਜਸੜ, ਦੋਤਾ ਏਕਬੀਰ ਸੰਧੂ ਤੇ ਸਮੂਹ ਜਸੜ ਪਰਿਵਾਰ ਜਿਨ੍ਹਾਂ ਨੇ ਬੰਦੀਓ 21,000 ਰੁਪਇਆ ਦਿੱਤਾ ਜਾਣਾ। ਮਾਸਟਰ ਦਲਵੀਰ ਸਿੰਘ ਜੀ ਅਤੇ ਗੁਰ ਅਸ਼ੀਸ਼ ਸਰਾਂ 20,000 ਰੁਪਇਆ ਪੁੱਜਦਾ ਕੀਤਾ। ਕਬੱਡੀ ਦੇ ਅਗਲੇ ਸਾਲ ਦੇ ਵਿੱਚ ਜੋ ਟੂਰਨਾਮੈਂਟ ਹੋਣਾ ਹੈ ਮਾਘ ਵਾਲੇ ਇਸੇ ਦਿਨ ਤੇ ਹੀ, ਉਹਦੇ ਲਈ ਬਲਜਿੰਦਰ ਸਿੰਘ ਸਰਾਂ ਕੈਨੇਡਾ, ਦਰਸ਼ਨ ਸਿੰਘ ਸਰਾਂ ਕੈਨੇਡਾ, ਜਸਵਿੰਦਰ ਸਿੰਘ ਪੱਪਾ ਇਹਨਾਂ ਵੱਲੋਂ ਓਪਨ ਕਬੱਡੀ ਦਾ ਜੋ ਪਹਿਲਾ ਅਤੇ ਦੂਜਾ ਇਨਾਮ ਹੈ ਉਹ ਦਿੱਤਾ ਜਾਣਾ, ਅਤੇ ਇਨਾਮ ਵੀ ਐਤਕੀ 41-31,000 ਹੈ। ਉਹ ਕਹਿੰਦੇ ਵੀ ਅਗਲੇ ਸਾਲ ਨੂੰ 51 ਅਤੇ 41,000 ਇਨਾਮ ਕਰ ਦਿਓ, ਅਸੀਂ ਤਿੰਨੇ ਦੇਵਾਂਗੇ। ਉੱਧਰ ਸਾਡੀ ਜ਼ਿੰਦਗੀ ਦਾ ਪਿਆਰਾ ਵੀਰ ਹੈ ਅਜੀਜ਼ ਮਿੱਤਰ, ਕਹਿੰਦੇ ਵੀ ਮੋਗੇ ਜ਼ਿਲ੍ਹੇ ਦੇ ਲੰਗੇਆਣੇ ਪਿੰਡ ਦਾ ਅਵਤਾਰ ਸਿੰਘ ਦੀ ਬਰਾੜ ਸੱਤ ਸਮੁੰਦਰੋਂ ਪਾਰ, ਕਹਿੰਦੇ ਵੀ ਹਾਂਗ ਕਾਂਗ ਦੀ ਧਰਤੀ ਤੇ ਬੈਠਾ ਹੈ ਪਰ ਆਪਣੀ ਜਨਮ ਭੂਮੀ ਦੇ ਨਾਲ, ਆਪਣੀ ਮਾਂ ਮਿੱਟੀ ਦੇ ਨਾਲ ਸਾਡਾ ਪਿਆਰ ਰੱਖਦਾ ਹੈ। ਤੇ ਬਾਬਾ ਜੈ ਸ਼੍ਰੀ ਰਾਮ ਜੀ ਸਪੋਰਟਸ ਕਲੱਬ ਦੀ ਪੂਰੀ ਮੈਨੇਜਮੈਂਟ ਨੂੰ ਲੱਖ ਲੱਖ ਮੁਬਾਰਕਾਂ ਭੇਜਦਾ ਹੈ। ਕਹਿੰਦੀ ਵੀ ਵਿਦੇਸ਼ੀਆਂ ਦੇ ਬਿਜ਼ਨਸ ਵੱਡੇ ਨੇ, ਅੱਜ ਸਪੈਸ਼ਲ ਮੇਰੇ ਵੀਰੋ ਸਰਾਮਾਂ ਦਾ ਕਬੱਡੀ ਕੱਪ ਦੇਖਣ ਦੇ ਲਈ ਆਪਣੇ ਕਾਰੋਬਾਰ ਤੋਂ ਛੁੱਟੀ ਲੈਤੀ ਹੈ ਲੰਗੇਆਣੇ ਦੇ ਅਵਤਾਰ ਨੇ, ਵੱਡਾ ਧੰਨਵਾਦ ਉਸ ਵੀਰ ਦਾ। ਅਗਲੇ ਮੇਲੇ ਤੇ ਜੋ ਨਾਮ ਦਿੱਤੇ ਜਾਣੇ ਆ, ਬਲਜਿੰਦਰ ਸਿੰਘ ਸਰਾਂ ਜਿਹਨੂੰ ਆਪਾਂ ਬਾਬੂ ਸਿੰਘ ਵੀ ਕਹਿ ਦਿੰਦੇ ਸੀ ਕੈਨੇਡਾ ਵਾਲੇ, ਦਰਸ਼ਨ ਸਿੰਘ, ਜਸਵਿੰਦਰ ਸਿੰਘ ਪੱਪੂ, ਕੋਠੇ ਸ਼ੈਣੀਆਂ, ਇਹਨਾਂ ਤਿੰਨਾਂ ਵੱਲੋਂ ਦਿੱਤਾ ਜਾਣਾ ਹੈ 51,000, 41,000। ਸਾਰੇ ਜਾਣੇ ਤਾੜੀਆਂ ਮਾਰ ਦਿਓ ਇਹਨਾਂ ਦੇ ਨਾਂ 'ਤੇ, ਦੱਬ ਕੇ ਤਾੜੀਆਂ ਮਾਰ ਦਿਓ, 41,000, 51,000।
ਹੈਲੋ ਇੱਧਰ ਗੱਗੂ ਉੱਤੇ ਵਗੀ ਸਕੋਰਾਂ ਵਾਲੇ ਵੀ ਆਖਦੇ ਨੇ ਕਿ ਸਰਾਵਾਂ ਦਾ ਵਾਜਾ ਜਿੰਨੇ ਵੀ ਜੱਫੇ ਲਾਵੇਗਾ ਉਹਨੇ 100-100 ਰੁਪਏ ਦੇ ਵੱਡੇ ਮਾਣ ਪਿਆਰ ਕੀਤੇ ਜਾਣਗੇ ਹੈਲੋ ਉਹ ਸਰਾਵਾਂ ਤੋਂ ਮੁੰਡਾ ਇੱਕ ਗਿਆ ਸੀ ਫੋਨ ਕਰਨ ਭਿੰਡਰਾਂ ਦੀ ਟੀਮ ਕਹਿੰਦੇ ਸੀ ਪਹੁੰਚ ਰਹੀ ਹੈ ਉਹਨੂੰ ਬੇਨਤੀ ਹੈ ਕਿ ਜੇ ਭਿੰਡਰਾਂ ਦੀ ਟੀਮ ਆ ਰਹੀ ਹੈ ਤਾਂ ਆ ਕੇ ਸਾਨੂੰ ਇੱਥੇ ਸਾਡੇ ਤੇ ਸਟੇਜ ਤੇ ਸੰਪਰਕ ਕਰੇ ਸਾਡੇ ਨਾਲ ਖੇਡ ਮੈਦਾਨ ਦੇ ਵਿੱਚ ਰਾਮਪੁਰੇ ਪਿੰਡ ਦੀ ਟੀਮ ਹੈ ਜਿਹੜੀ ਅਗਲੀ ਵਾਰ ਨੂੰ ਜੋ ਗੁਰਜੰਟ ਸਿੰਘ ਖਾਲਸਾ ਜਿਨ੍ਹਾਂ ਦੇ ਲੜਕੇ ਭਿੰਦਰ ਸਿੰਘ ਹਾਂਗਕਾਂਗ ਧਰਮਿੰਦਰ ਸਿੰਘ ਸਿੱਧੂ ਨਿਊਜ਼ੀਲੈਂਡ 65 ਕਿਲੋ ਦਾ ਪਹਿਲਾ ਨਾਮ ਜੋ ਵੀ ਹੋਵੇਗਾ ਉਹ ਇਹਨਾਂ ਵੱਲੋਂ ਦਿੱਤਾ ਜਾਵੇਗਾ ਗੁਰਜੰਟ ਸਿੰਘ ਖਾਲਸਾ ਹਾਂਗਕਾਂਗ ਭਿੰਦਰ ਸਿੰਘ ਹਾਂਗਕਾਂਗ ਧਰਮਿੰਦਰ ਸਿੰਘ ਸਿੱਧੂ ਨਿਊਜ਼ੀਲੈਂਡ ਅਗਲੇ ਸਾਲ ਜੋ ਟੂਰਨਾਮੈਂਟ ਆਉਣਾ 65 ਕਿਲੋ ਜਾਂ 66 ਜਾਂ 62 ਇਹਨਾਂ ਵੱਲੋਂ ਪਹਿਲਾ ਨਾਮ ਦਿੱਤਾ ਜਾਣਾ ਜੋ ਵੀ ਆਪਾਂ ਰੱਖਾਂਗੇ ਜਤਿੰਦਰ ਸਿੰਘ ਜੱਸੜ ਜੋ ਨਿਊਜ਼ੀਲੈਂਡ ਵਿੱਚ ਗਿਆ ਉਸ ਵੱਲੋਂ ਅਗਲੇ ਟੂਰਨਾਮੈਂਟ ਦੇ ਵਾਸਤੇ 3100 ਰੁਪਇਆ ਦਿੱਤਾ ਜਾਂਦਾ ਧੰਨਵਾਦ ਬਹੁਤ ਬਹੁਤ ਧੰਨਵਾਦ ਜਤਿੰਦਰ ਸਿੰਘ ਜੱਸੜ ਨਿਊਜ਼ੀਲੈਂਡ ਖੇਡ ਮੈਦਾਨ ਦੇ ਵਿੱਚ ਰਾਮਪੁਰੇ ਪਿੰਡ ਦੀ ਟੀਮ ਜਿਹੜੀ ਸਾਈ ਮੇਹਰ ਸ਼ਾਹ ਜਿਹੜੀ ਦਰਗਾਹ ਵਾਲੇ ਪਾਸੇ ਤੇ ਆਰੋ ਵਾਲੇ ਪਾਸੇ ਟੀਮ ਜਿਹੜੀ ਧੂੜਕੋਟ ਦੀ ਲਵ ਧੂੜਕੋਟ ਦੇ ਸੁੱਖੇ ਦੀ ਪਹਿਲੀ ਕਬੱਡੀ ਖੇਡ ਮੈਦਾਨ ਦੇ ਵਿੱਚ ਚਾਰ ਜਾਫੀ ਨੇ ਕਹਿੰਦੇ ਵੀ ਰਾਮਪੁਰੇ ਵਾਲੇ ਬਠਿੰਡੇ ਵਾਲੇ ਮੇਰੇ ਵੀਰੋ ਲਵ ਕਿਹੜਾ ਨੌਜਵਾਨ ਵੱਧ ਕੇ ਜੱਫਾ ਲਾਵੇਗਾ ਖੇਡ ਗਰਾਊਂਡ ਦੇ ਵਿੱਚ ਧੂੜਕੋਟ ਦੇ ਸੁੱਖੇ ਨੂੰ ਆਹ ਨੌਜਵਾਨ ਰਾਣਾ ਸਾਹਿਬ ਦੇ ਸੁੱਖ ਪੰਧੇਰ ਦੀ ਟੀਮ ਲਈ ਕਹਿੰਦੇ ਵੀ ਕੈਨੇਡਾ ਦੀ ਰਿਚਮੰਡ ਕਲੱਬ ਦੇ ਲਈ ਖੇਡਿਆ ਰਾਮਪੁਰੇ ਦਾ ਲਾਡੀ ਪਹਿਲੇ 1.5 ਅੰਕੜਾ ਵੱਧ ਆਪਣੀ ਟੀਮ ਦੇ ਹਿੱਸੇ ਦੇ ਵਿੱਚ ਕਰ ਚੁੱਕੇ ਹੈ ਚੱਲ ਵੀ ਨੌਜਵਾਨ ਪਾ ਕਬੱਡੀ ਮੋਹਰਾਜ ਵਾਲੇ ਕੁਲਦੀਪ ਦੀ ਅਗਲੀ ਕਬੱਡੀ ਪੈਂਦੀ ਹੈ ਇੱਕ ਕਿੰਨੀ ਧੂੜਕੋਟ ਜਾਂ ਡਾਰਾ ਤੇ ਦੂਜੀ ਕਿੰਨੀ ਸਰਾਵਾਂ ਦਾ ਬਾਜਾ ਇੱਧਰ ਬੱਗੀ ਹੋਣੀ ਗੱਗੂ ਵਰਗੇ ਮਮਣੇ ਵਰਗੇ ਆਖਦੇ ਨੇ ਕਿ ਬਾਜਾ ਜਿੰਨੇ ਜੱਫੇ ਲਾਵੇਗਾ ਉਹਨੇ 100-100 ਦਿੱਤੇ ਜਾਣਗੇ ਵੱਡੇ ਮਾਣ ਪਿਆਰ ਦੀਆਂ ਗੱਲਾਂ ਲਓ ਅੰਕ ਮੋਹਰਾਜ ਵਾਲੇ ਕੁਲਦੀਪ ਦੇ ਹਿੱਸੇ ਦੇ ਵਿੱਚ ਚੱਲ ਵੀ ਸੁੱਖਿਆ ਪਹਿਲਾ ਜੋਨਾ ਕਬੱਡੀ ਨਾਲ ਸਾਧ ਵਾਲੀ ਦਾ ਲੱਕੀ ਭੁਜਿਆ ਬੜਾ ਸਤਿਕਾਰਯੋਗ ਵੀਰ ਹੈ ਧੰਨਵਾਦ ਕਰਦੇ ਉਸਦਾ ਚੱਲ ਵੀ ਸੁੱਖਿਆ ਪਹਿਲਾ ਜੋਨਾ ਕਬੱਡੀ ਲੋ ਧੂੜਕੋਟ ਗਏ ਸੁੱਖੇ ਦੀ ਕਬੱਡੀ ਪੈਂਦੀ ਹੈ ਖੇਡ ਮੈਦਾਨ ਵਿੱਚ ਕਿ ਜਿਹੜੀ ਪਹਿਲਾਂ ਸੀ ਟੈਣਾ ਟੀਵੀ ਕਿ ਜਿਹੜੀ ਪਹਿਲਾਂ ਸੀ ਟੈਣਾ ਟੀਵੀ ਹੁਣ ਉਹ ਕਬੱਡੀ 365 ਬਣ ਗਈ ਪੰਜਾਬੀਆਂ ਦੀ ਮੈਂ ਖੇਡਦੀ ਯਾਰ ਦੁਨੀਆਂ ਦੇ ਵਿੱਚ ਵੱਖਰੀ ਵੈਬਸਾਈਟ ਬਣ ਗਈ ਇਤਿਹਾਸ ਦੇ ਪੰਨਿਆਂ ਤੇ ਨਾਂ ਛਾ ਗਿਆ ਹੁਣ ਹੈਪੀ ਤੇ ਟੈਣੇ ਦੋਨਾਂ ਭਾਈਆਂ ਦਾ ਮਿਲਿਆ ਆਸ਼ੀਰਵਾਦ ਯਾਰੋ ਜਿਨ੍ਹਾਂ ਨੂੰ ਨਕੋਦਰ ਵਾਲੇ ਸਾਈਆਂ ਦਾ ਮਿਲਿਆ ਆਸ਼ੀਰਵਾਦ ਯਾਰੋ ਜਿਨ੍ਹਾਂ ਨੂੰ ਨਕੋਦਰ ਵਾਲੇ ਸਾਈਆਂ ਦਾ ਰਾਮਪੁਰੇ ਦੀ ਗੋਰੀ ਦੀ ਟਰਾਈ ਹੈ ਪਰ ਅੰਕ ਧੂੜਕੋਟ ਦੇ ਸੁੱਖੇ ਦਾ ਕਿੰਨੇ ਵੀ ਫਕਰਬਾਨਾ ਅਮੀਰੀ ਛੱਡ ਕੇ ਸਭ ਤੋਂ ਵੱਡੀ ਗੱਲ ਹੈ ਜਾਲਦਾਰਾਂ ਦੇ ਪੁੱਤ ਹੈ ਨਕੋਦਰ ਦੇ ਰਾਜੇ ਲੋ ਬੱਲੋ ਵਾਲੇ ਲੱਕੀ ਦੀ ਕਬੱਡੀ ਅਗਲੀ ਗੱਲ ਲਾ ਵੀ ਅਮਰ ਗੜ ਗਿਆ ਦੀਪੂ ਤੇਰੇ ਵੀ ਵੱਡੇ ਮਾਣ ਹੋਣੇ ਨੇ ਮੁਬਾਰਕਾਂ ਤੈਨੂੰ ਤੇ ਵੱਲੋਂ ਵਾਲੇ ਲੱਕੀ ਦੀ ਸਿਫਤ ਕਰ ਇਧਰੋਂ ਕਹਿੰਦੇ ਮਹਾਨ ਖਿਡਾਰੀਆਂ ਦਾ ਪਿੰਡ ਹੈ ਪਰ ਉਧਰੋਂ ਲੱਕੀ ਵੱਲੋਂ ਵਾਲਾ ਇਸ ਸਮੇਂ ਪੁਆਇੰਟ ਆਪਣੀ ਟੀਮ ਦੇ ਲਈ ਜੁੜਦਾ ਹੋਇਆ ਜੇ ਬਾਜਾ ਸਰਾਵਾਂ ਵਾਲੇ ਦੇ ਫਲ ਆਵੇਗਾ ਮਮਣਾ ਗੱਗੂ ਤੇ ਬੱਗੀ ਕਹਿੰਦਾ ਵੀ 1000 ਰੁਪਇਆ ਤਿੰਨਾਂ ਵੀਰਾਂ ਨੂੰ ਦੇਵਾਂਗੇ ਜੇ ਬਾਜਾ ਸਰਾਵਾਂ ਵਾਲਾ ਅਗਲਾ ਜੱਫਾ ਲਾਵੇਗਾ ਪਰ ਇਧਰੋਂ ਕਹਿੰਦੇ ਵੱਖਰੇ ਜੇ ਦਾਇਰ ਦੇ ਵਿੱਚ ਪੈਂਦੀ ਹੋਈ ਕਬੱਡੀ ਲੈ ਵੀ ਲੰਗੇ ਆਣੀਆਂ ਉਹ ਵੇਖ ਸਾਹਮਣੇ ਇੱਕ ਪਾਸੇ ਕਹਿੰਦੇ ਰਾਮਪੁਰੇ ਦਾ ਲਾਡੀ ਹੈ ਪਰ ਦੂਸਰੇ ਪਾਸੇ ਰਾਮਪੁਰੇ ਦਾ ਗੋਰੀ ਦੋਹਾਂ ਦੀ ਜਿਹੜੀ ਜੋੜੀ ਬੜੀ ਮਸ਼ਹੂਰ ਹੈ ਪਰ ਇਧਰੋਂ ਨੌਜਵਾਨ ਗੱਭਰੂ ਉੱਠ ਸੋਹਣੇ ਆ ਭਰਾਵਾਂ ਵਾਲਾ ਪਿਆਰ ਬਹੁਤ ਹੈ ਪਰ ਖੇਡ ਮੈਦਾਨ ਦੇ ਵਿੱਚ ਪੁਆਇੰਟ ਜਿਹੜਾ ਜਾਫੀ ਦਾ ਇਧਰੋਂ ਕੁਲਦੀਪ ਹੈ ਮਹਿਰਾਜ ਵਾਲਾ ਜਤਿੰਦਰ ਪ੍ਰਧਾਨ ਜੀ ਔਰ ਸਾਡਾ ਵੀਰ ਸ਼ੀਰਾ ਮੱਲਿਆਣੀਆ ਆਪ ਸਭ ਨੂੰ ਪਿਆਰ ਭਰੇ ਸੱਦੇ ਭੇਜਦੇ ਨੇ 20 ਫਰਵਰੀ ਦਾ ਕਬੱਡੀ ਕੱਪ ਹੋਵੇਗਾ ਮਹਿਰਾਜ ਦੇ ਵਿੱਚ ਜਿੱਥੇ ਓਪਨ ਭਾਰ ਦੇ ਵਿੱਚ ਬੈਸਟ ਰੇਡਰ ਜਾਫੀ ਨੂੰ ਨੁਕਰੇ ਬਿਛੇਰੇ ਦਿੱਤੇ ਜਾਣਗੇ ਔਰ 75 ਕਿਲੋ ਭਾਰ ਦੇ ਵਿੱਚ ਐਲਸੀਡੀਆਂ ਦੇ ਨਾਲ ਜਿਹੜਾ ਮਾਣ ਹੋਵੇਗਾ ਜੇ ਜੱਫਾ ਲੱਗ ਗਿਆ ਤਾਂ 1000 ਰੁਪਏ ਦਾ ਮਾਨ ਸਨਮਾਨ ਚੰਦ ਸੰਧੂ ਦਾ ਪੁੱਤ ਸਰਾਵਾਂ ਪਿੰਡ ਦਾ ਬਾਜਾ ਕੋਸ਼ਿਸ਼ ਕਰਦਾ ਹੋਇਆ ਕਿ ਕੋਸ਼ਿਸ਼ ਤਾਂ ਕੀਤੀ ਏ ਲੱਭਣ ਦੀ ਲੱਖਾਂ ਨੇ ਜਿਨ੍ਹਾਂ ਨੂੰ ਤੂੰ ਦਿਸਦਾ ਹੈ ਕੋਈ ਹੋਰ ਹੀ ਅੱਖਾਂ ਨੇ ਇਧਰੋਂ ਸੁੱਖਾ ਨੌਜਵਾਨ ਫੇਰ ਮੈਦਾਨ ਵਿੱਚ ਕਬੱਡੀ ਪਾਉਂਦੇ ਲਈ ਪਿਆ ਚਾਰ ਜਾਫੀ ਹੈ ਮਜਾਕੀ ਵਾਲਾ ਸੇਵਾ ਸਿੰਘ ਦੱਸਦਾ ਹੈ ਵੀ 21-22-23 ਫਰਵਰੀ ਸੀ ਸਾਡੇ ਮਜਾਕੀ ਦੇ ਕਬੱਡੀ ਕੱਪ ਦੀ ਔਰ ਕਹਿੰਦੇ ਰੂਪ ਸਿੰਘ ਜੀ ਪ੍ਰਧਾਨ ਸਾਹਿਬ ਜਿੱਥੇ ਉਹਨਾਂ ਦੇ ਭਤੀਜੇ ਜੀ ਡੈਥ ਹੋਣ ਕਾਰਨ ਥੋੜੀ ਜੀ ਗੈਪ ਰੱਖੀ ਗਈ ਹੈ
और वाश जी आप कट्ठी जी नहीं करनी क्योंकि पिंडा माहौल जरा थोड़ा जा अफसोस है उसके भतीजे की आपू मौत का पर मजाकी का खेड़ मेला जरूर होगा। इधरों गोरी कहते गोरी के नाल लाडी एक पास सुखा तो दूसरे बने लाडी का लग गया जफा कि लग गया जफा यार धावी गया डकिया चढ़ जाता चाह जिन्हें सब कुछ तकिया इधरों चा चढ़ जाता है साढ़े दर्शक वीर प्रेमी वीर पुजे ने इडली वाला जीत विशेष तौर पर पुजिया होया आप धन्यवाद करेंगे। उधरों लंगियाने का अवतार साडा परम पित्र इधरों सुखमंदर सिंह जी हवलदार साहब वालों बड़ा सारा प्यार जड़ा है बाजे सरावां दे वास्ते पुजे है धन्यवाद है फौजी सुखमंदर सिंह जी। इधरों फौजी सुखमंदर सिंह जी उन्हां वालों बहुत सारा माण इधरों गोल जे दायरे च जवान नचदे पाके पे चल ही जान खिच खिच के जीदे पट्टा दे विच जोर मित्रों उन्हें जाना जीत के लै भी लंघे आनी आ नौजवाना अज देखना भी किहड़ा जितदा है ते जितदा सब नूं शौक हारना कोई भी चाहुंदा नहीं बिच मैदान दे यार कोई किसे तो घट कहाउंदा नहीं लंघियाने दे जोधे नाले पैसा ते मशहूरी है पर कबड्डी खेडण दे लई मित्रों जोश होश तकनीक जरूरी है जे बारां दा फल आउंदा तां तिन्ना वीरां वल्लों बग्गी ममणा ते गगू 1200 रुपए का जफा देणगे उधरों कमांडर फौजी जी जिहड़ा वड्डा करनगे लै वी सरपा वालिया ला नौजवाना जफा पर महाराज वाला कुलदीप भज्जा जांदा अपनी टीम ने ओपन दीआं टीमां जिहड़ियां विशेष तौर ते पुजीआं है पर साडे इधरों मास्टर दलवीर सिंह जी प्रधान गुरतेज सिंह जी संधू उन्हां नूं बेनती है कि ज्यादातर समा जिहड़ा हो गया है जिहड़ियां ओपन दीआं टाइयां कढ दित्तियां जाण ਆਪਾਂ ਮੈਚ ਜਿਹੜਾ ਅਨਾਊਂਸ ਜ਼ਰੂਰ ਕਰਾਂਗੇ ਕਿਉਂਕਿ ਅੱਜ ਦੇ ਦਿਨ ਦਾ ਜਿਹੜਾ ਸਮਾਂ ਬਹੁਤ ਜ਼ਿਆਦਾ ਹੋ ਗਿਆ ਓਪਨ ਭਾਰਤ ਦੇ ਜਿੰਨੇ ਵੀ ਖਿਡਾਰੀ ਪੁੱਜੇ ਨੇ ਜੀਆਂ ਨੂੰ ਆਖਦੇ ਆ ਅਗਲਾ ਸੈਮੀ ਫਾਈਨਲ ਮੈਚ ਦੋਹੇ ਟੀਮਾਂ ਦੇ ਦਰਮਿਆਨ ਖੇਡਿਆ ਜਾਵੇਗਾ ਔਰ ਦੋਹੇ ਟੀਮਾਂ ਜਿਹੜੀਆਂ ਖੇਡ ਮੈਦਾਨ ਦੇ ਵਿੱਚ ਆ ਜਾਣ ਲੈ ਬੱਲੋ ਵਾਲਾ ਰਾਮਪੁਰੇ ਦੇ ਫੂਲ ਏਰੀਏ ਦਾ ਖਿਡਾਰੀ ਹੈ ਮੈਦਾਨ ਵਿੱਚ ਵੱਧ ਕੇ ਕਬੱਡੀ ਪਾਉਂਦਾ ਹੋਇਆ ਹੁਣ ਚਾਰ ਜਾਫੀ ਲੈ ਵੀ ਦਾਰੇ ਬਾਈ ਜੱਫਾ ਲਾ ਕੇ ਦਿਖਾ ਕਾਫੀ ਲੰਬੇ ਸਮੇਂ ਤੋਂ ਤੈਨੂੰ ਦੇਖਿਆ ਮੈਦਾਨ ਵਿੱਚ ਇਧਰੋਂ ਕਹਿੰਦੇ ਧੂੜਕੋਟੀਆ ਦਾਰਾ ਮੇਰੀ ਜ਼ਿੰਦਗੀ ਦਾ ਪਰਮਿੱਤਰ ਹੈ ਇਧਰੋਂ 14-15 ਤੇ ਜਿਹੜੀ ਤਰੀਕ ਹੋਵੇਗੀ 16 ਲਾਸਟ ਹੋਵੇਗੀ ਲੈ ਵੀ ਬਾਦਿਆ 1200 ਇਧਰੋਂ ਲੱਕੀ ਤੇ ਸਾਹਮਣੇ ਬਾਦਿਆ ਸੰਧੂ ਕੋਸ਼ਿਸ਼ ਕਰਦਾ ਹੈ ਕਹਿੰਦੇ ਜੂਸਰ ਜਿੱਤਿਆ ਸੀ ਇਸ ਨੌਜਵਾਨ ਨੇ ਇਹਦੇ ਵੱਡੇ ਵੀਰ ਨੇ ਜੱਸਾ ਸਰਾਮਾ ਵਾਲਾ ਤੇ ਬਾਜਾ ਦੋ ਵੀਰ ਕਬੱਡੀ ਖੇਡਦੇ ਨੇ ਰਾਈਏ ਦੇ ਕਬੱਡੀ ਕੱਪ ਤੇ ਬਹਿਜਾ ਕਰਵਾਈ ਸੀ ਇਹਨਾਂ ਦੋਨਾਂ ਨੌਜਵਾਨਾਂ ਨੇ ਇਧਰੋਂ ਦਿਆਲਪੁਰੇ ਦਾ ਅਸ਼ਰਫ ਜਿਹੜਾ ਵਿਸ਼ੇਸ਼ ਤੌਰ ਤੇ ਪੁੱਜਿਆ ਹੋਇਆ ਹੈ ਵਾਹ ਪੈ ਗਿਆ ਪੰਗਾ ਤੇ ਸਾਹਮਣੇ ਕੋਸ਼ਿਸ਼ ਹੈ ਇਸ ਗੱਭਰੂ ਦੀ ਰਾਮਪੁਰੇ ਵਾਲੇ ਗੱਭਰੂ ਦੀ ਮੈਦਾਨ ਵਿੱਚ ਪੁਆਇੰਟ ਜਿਹੜਾ ਰੇਡਰ ਦਾ ਚੱਲ ਵੀ ਨੌਜਵਾਨਾਂ ਪਾ ਕਬੱਡੀ ਕੁਲਦੀਪ ਮਹਿਰਾਜ ਪਿੰਡ ਵਾਲਾ ਔਰ ਆਪਾਂ ਅਗਲੀ ਗੱਲ ਅਸ਼ਰਫ ਤੋਂ ਸੁਣਾਂਗੇ ਇਸ ਨੌਜਵਾਨ ਦੀ ਲਓ ਖੇਡ ਮੈਦਾਨ ਦੇ ਵਿੱਚ ਕਬੱਡੀ ਕਹਿੰਦੇ ਵੀ ਮਹਾਰਾਜ ਵਾਲੇ ਕੁਲਦੀਪ ਦੀ ਪੈਂਦੀ ਏ ਤੇ ਚਾਰ ਦਾ ਫਿਰੇ ਸਾਹਮਣੇ ਧੂੜਕੋਟ ਗਏ ਕਿਹੜਾ ਨੌਜਵਾਨ ਵੱਲ ਜੱਫਾ ਲਾਵੇਗਾ ਤੇ ਅੰਕ ਨੌਜਵਾਨ ਧਾਵੀ ਦਾ ਮਹਾਰਾਜ ਵਾਲੇ ਕੁਲਦੀਪ ਦੇ ਹਿੱਸੇ ਦੇ ਵਿੱਚ ਧੂੜਕੋਟ ਦੀ ਗੋਪੀ ਦੀ ਕਹਿੰਦੇ ਵੀ ਅਗਲੀ ਕਬੱਡੀ ਪੈਂਦੀ ਏ ਮਾਣੋ ਕੀ ਗੱਲਾਂ ਨੇ ਜੀਵਨ ਦੇ ਭੁਲੇਖੇ ਪੈਂਦੇ ਨੇ ਆ ਨੌਜਵਾਨ ਧਾਵੀ ਦੇ ਲੈ ਵੱਲ ਕੀ ਪਾਈ ਹੋਈ ਕਬੱਡੀ ਇੱਕ ਕਹਿੰਦੀ ਗੋਰੀ ਰਾਮਪੁਰੇ ਦਾ ਤੇ ਦੂਜੀ ਕਹਿੰਦੀ ਲਾਡੀ ਮੇਰੇ ਵੀਰੋ ਮਾਨੋ ਕਿਆਂ ਵਾਲੇ ਦਾ ਕਹਿੰਦੇ ਵੀ ਨਾਂ ਵੱਡਾ ਕਬੱਡੀ ਦੀ ਦੁਨੀਆ ਦੇ ਵਿੱਚ ਇੱਕ ਅਟਾਲਾ ਵਾਲਾ ਇੱਕ ਹਸ਼ਨ ਭੱਟੀ ਦਾ ਇੱਕ ਰਾਮੇ ਦਾ ਪਰਮਿੰਦਰ ਲਾਡੀ ਪਰ ਆ ਮੇਰੇ ਵੀਰੋ ਰਾਮਪੁਰੇ ਪਿੰਡ ਦਾ ਲਓ ਸ਼ਾਬਦੀ ਨੂੰ ਟੱਚ ਕੀਤਾ ਤੇ ਅੰਕ ਨੌਜਵਾਨ ਧਾਵੀ ਦਾ ਅਗਲੀ ਕਬੱਡੀ ਖੇਡ ਮੈਦਾਨ ਵਿੱਚ ਫਿਰ ਨੌਜਵਾਨ ਮਹਾਰਾਜ ਵਾਲੇ ਕੁਲਦੀਪ ਦੀ ਪੈਂਦੀ ਏ ਨਾਲ ਵੱਡਾ ਧੰਨਵਾਦ ਕਰਦੇ ਸਰਦਾਰ ਗੁਰਜੰਟ ਸਿੰਘ ਜੀ ਖਾਲਸਾ ਪਿੰਦਰ ਹਾਂਗ ਕਾਂਗੇ ਅਤੇ ਧਰਮਿੰਦਰ ਸੰਧੂ ਸਿੱਧੂ ਨਿਊਜ਼ੀਲੈਂਡ ਵਾਲੇ ਨਾਲ ਮਾਸਟਰ ਸੁਖਜਿੰਦਰ ਸਿੰਘ ਜੀ ਲਵਲੀ ਸੁਰਾ ਜਸਵੀਰ ਸਿੰਘ ਜੀ ਸੁਰਾ ਮੰਡੀ ਬੋਰਡ ਫਰੀਦਕੋਟ ਸੀਨੀਅਰ ਸਹਾਇਕ ਵੱਡਾ ਧੰਨਵਾਦ ਇਹਨਾਂ ਸਤਿਕਾਰਯੋਗ ਸ਼ਖੀਅਤਾਂ ਦਾ ਲੋ ਧੂੜਕੋਟ ਗਿਆ ਦਾਰਾ ਮੇਰੇ ਵੀਰੋ ਪਰ ਅੰਕ ਨੌਜਵਾਨ ਧਾਵੀ ਦੇ ਲਈ ਅੰਕ ਮਹਾਰਾਜ ਵਾਲੇ ਕੁਲਦੀਪ ਦਾ ਚੱਲ ਵੀ ਸੁੱਖਿਆ ਤਾਂ ਨੌਜਵਾਨਾਂ ਕਬੱਡੀ 14-15 ਤੇ 16 ਫਰਵਰੀ ਕਹਿੰਦੇ ਵੀ ਧੂੜਕੋਟ ਦੇ ਕਬੱਡੀ ਕੱਪ ਦੀ ਹੋਵੇਗੀ ਆਪ ਸਭ ਨੂੰ ਮੇਰੇ ਵੀਰੋ ਪਿਆਰ ਭਰੇ ਸੱਦੇ ਦਿੱਤੇ ਜਾਣਗੇ ਉਧਰ ਧੂੜਕੋਟ ਦੇ ਦਾਰੇ ਦੇ ਲਈ ਵੱਡੇ ਮਾਣ ਪਿਆਰ ਪੁੱਜਦੇ ਕੀਤੇ ਗਏ ਨੇ ਵੱਡਾ ਧੰਨਵਾਦ ਇਹਨਾਂ ਦਾਨੀਆਂ ਦਾ ਲਓ ਕਬੱਡੀ ਖੇਡ ਮੈਦਾਨ ਵਿੱਚ ਧੂੜਕੋਟ ਗਏ ਸੁੱਖੇ ਦੀ ਪੈਂਦੀ ਹੈ
ਚੌਦਾਸੀਆਂ ਨੇ ਚੈਨ ਤੇ ਬੋਲਿਆ ਹੋਇਆ ਤਾਬਾ ਤੇ ਆਂ ਕੇ ਨੌਜਵਾਨ ਧਾਵੀ ਦੇ ਲਈ ਅਗਲੀ ਕਬੱਡੀ ਖੇਡ ਮੈਦਾਨ ਵਿੱਚ ਬੱਲੋ ਵਾਲੇ ਲੋਕੀ ਦੀ ਕਿ ਸੋਨੇ ਅਜਮੇਰ ਕਾਰਾ ਕੀਪਾ ਬੰਦਣੀ ਤੇ ਮਾਣੋ ਕਹਿੰਦੇ ਜੀਵਨ ਜਿਹੀ ਰੋੜ ਯਾਰੋ ਕੀੜੇ ਕੱਢਣੀ ਕਮਾਲ ਦਾ ਗ੍ਰਿਪ ਕਹਿੰਦੇ ਪੱਪੂ ਚੂੜ ਚੱਕਦਾ ਤੇ ਨੱਟ ਵਾਂਗੂ ਕੈਂਚੀ ਯਾਰੋ ਗੱਗੀ ਲੋਪੋ ਕਾਸਲਾ ਪਿੱਠੋ ਵਾਲਾ ਸ਼ੀਰਾ ਤੇ ਮਾਣੋ ਕਹਿੰਦਾ ਬੂਟਾ ਵੀ ਕਰਵਾਉਂਦੇ ਨੇ ਜੈ ਜੈਕਾਰ ਮਿੱਤਰੋ ਬਲੀ ਪੁੱਤ ਮਾਮਾ ਨੇ ਕਬੱਡੀ ਖੇਡ ਕੇ ਬਣ ਜਾਂਦੇ ਨੇ ਸੁਪਰਸਟਾਰ ਮਿੱਤਰੋ ਬਲੀ ਪੁੱਤ ਮਾਮਾ ਨੇ ਕਬੱਡੀ ਖੇਡ ਕੇ ਬਣ ਜਾਂਦੇ ਨੇ ਸੁਪਰਸਟਾਰ ਮਿੱਤਰੋ ਲਓ ਆਇਕੇ ਨੌਜਵਾਨ ਧਾਵੀ ਦੇ ਹਿੱਸੇ ਦੇ ਵਿੱਚ ਮੈਚ ਦੀ ਸਮਾਪਤੀ ਏ ਰਾਮਪੁਰੀ ਦੀ ਟੀਮ ਦੇ ਅੰਕ ਨੇ 15.5 ਤੇ 14 ਅੰਕ ਨੇ ਧੂੜਕੋਟ ਦੇ ਇਸ ਮੈਚ ਦੇ ਵਿੱਚ ਰਾਮਪੁਰੀ ਦੀ ਟੀਮ ਜਿਹੜੀ ਫਾਈਨਲ ਦੇ ਵਿੱਚ ਪ੍ਰਵੇਸ਼ ਕੀਤਾ ਹੈ ਮਾਸਟਰ ਦਲਵੀਰ ਸਿੰਘ ਜੀ ਨੋਟ ਕਰ ਲਿਓ ਵੱਡਾ ਧੰਨਵਾਦ ਪੱਪਾ ਸੰਧੂ ਹੋਣੀ ਅਕਬਾਸ ਰਾਮ ਵਰਗੀ ਪੂਰੀ ਬਾਬਾ ਜੈ ਸ਼੍ਰੀ ਰਾਮ ਜੀ ਸਪੋਰਟਸ ਕਲੱਬ ਦਾ ਜਿਨ੍ਹਾਂ ਦੀ ਵੱਡੀ ਦੇਣ ਮੇਰੇ ਵੀਰੋ ਵੱਡੀ ਮਿਹਨਤ ਹੈ ਵੱਡੇ ਯਤਨ ਕੀਤੇ ਨੇ ਕਹਿੰਦੇ ਵੀ 2-2 ਮਹੀਨੇ ਮੇਰੇ ਵੀਰੋ ਪਹਿਲਾਂ ਕੰਮ ਛੱਡਿਆ ਤੇ ਅੱਜ ਇੱਕ ਵੱਡੀ ਕੱਪ ਆਪਾਂ ਤੱਕ ਰਹੇ ਹਾਂ ਮੱਖਣ ਜੱਸੜ ਹੋਣਾ ਦਾ ਸਾਈ ਮੇਰ ਸ਼ਾਹ ਕਲੱਬ ਸੁਰਾਮਾ ਤੇ ਰੋੜੀ ਕਪੂਰੇ ਦੀਆਂ ਟੀਮਾਂ ਦਾ ਦੂਜਾ ਸੈਮੀਫਾਈਨਲ ਮੈਚ ਖੇਡਿਆ ਜਾਵੇਗਾ ਨਾਲ ਹੀ ਹੌਲਦਾਰ ਸੁਖਮੰਦਰ ਸਿੰਘ ਜੀ ਆਖਦੇ ਨੇ ਸੁਰਾਮਾ ਦਾ ਗੁਰਮੀਤ ਬੋਲਾ ਜਿੰਨੀ ਵੀ ਜੱਫੇ ਲਾਵੇਗਾ ਉਹਨੇ ਹੀ 100-100 ਰੁਪਏ ਦੇ ਵੱਡੇ ਮਾਣ ਪਿਆਰ ਦਿੱਤੇ ਜਾਣਗੇ ਸਾਈ ਮੇਰ ਸ਼ਾਹ ਕਲੱਬ ਸੁਰਾਮਾ ਦੀ ਟੀਮ ਹੈ ਜਿਹੜੀ ਇਹ ਟੀਮ ਖੇਡੇਗੀ ਸਾਈ ਮੇਰ ਸ਼ਾਹ ਜੀ ਦੀ ਦਰਗਾਹ ਵਾਲੇ ਪਾਸੇ ਤੇ ਆਰੋ ਵਾਲੇ ਪਾਸੇ ਟੀਮ ਜਿਹੜੀ ਰੋੜੀ ਕਪੂਰੇ ਪਿੰਡ ਦੀ ਖੇਡੇਗੀ ਫਰੀਦਕੋਟ ਜ਼ਿਲ੍ਹੇ ਦੀਆਂ ਦੋਨੋਂ ਟੀਮਾਂ ਦਾ ਦੂਜਾ ਸੈਮੀਫਾਈਨਲ ਮੈਚ ਖੇਡਿਆ ਜਾਵੇਗਾ ਖੇਡ ਮੈਦਾਨ ਦੇ ਵਿੱਚ ਸਾਹ ਰੋਕਣ ਕੇ ਮੇਰੇ ਵੀਰੋ ਵੇਖਣ ਵਾਲਾ ਮੈਚ ਹੋਵੇਗਾ ਨਾਲ ਹੀ ਜਗਦੇਵ ਸਿੰਘ ਜੀ ਸੁਰਾਂ ਅਤੇ ਸਰਦਾਰ ਸੁਖਵਿੰਦਰ ਸਿੰਘ ਜੀ ਸਟੈਨੋ ਡੀਸੀ ਦਫ਼ਤਰ ਜਲੰਧਰ ਇਕਬਾਲ ਸਿੰਘ ਜੀ ਸੁਰਾਂ ਜਗਸੀਰ ਸਿੰਘ ਜੀ ਸੰਧੂ ਸਾਹਿਬ ਪੰਮਾ ਹਾਂਗਕਾਂਗ ਜਸਵਿੰਦਰ ਸਿੰਘ ਜੀ ਕੈਨੇਡਾ ਕੋਠੇ ਸ਼ੈਣੀਆਂ ਵੱਡਾ ਧੰਨਵਾਦ ਇਹਨਾਂ ਦਾਨੀਆਂ ਦਾ ਜਿਨ੍ਹਾਂ ਨੇ ਆਪਣੀ ਦਸਾਂ ਨਾਲ ਦੀ ਕਿਰਤ ਕਮਾਈ ਕੀਤੀ ਤੇ ਦਸਵਾਂ ਦਸਵਾਂ ਪੂਜਾ ਕੀਤਾ ਕਬੱਡੀ ਓਪਨ ਦੀਆਂ ਟਾਈਆਂ ਕੱਢੀਆਂ ਗਈਆਂ ਜੇ ਕੋਈ ਹੋਰ ਟੀਮ ਐਂਟਰ ਹੋਣ ਵਾਲੀ ਰਹਿੰਦੀ ਹੈ ਤਾਂ ਉਹ ਸਾਡੇ ਕੋਲ ਆ ਸਕਦੀ ਹੈ ਇੱਕ ਟੀਮ ਬਾਈ ਚਾਹੀ ਹੈ ਉਸ ਟੀਮ ਨੂੰ ਦੁਬਾਰਾ ਜਿਹੜੀਆਂ ਟਾਈਆਂ ਕੱਢੀਆਂ ਉਹਨਾਂ 'ਚੋਂ ਜੇ ਕੋਈ ਇੱਕ ਟੀਮ ਆਉਂਦੀ ਹੈ ਤਾਂ ਉਹਦੇ ਨਾਲ ਖੇਡਣਾ ਪਊਗਾ ਜੇ ਵੱਧ ਆਈਆਂ ਤਾਂ ਉਹਨਾਂ ਦੇ ਨਾਲੋਂ ਕਿਸੇ ਦੇ ਨਾਲ ਉਹਨਾਂ ਨੂੰ ਖੇਡਣਾ ਪਊਗਾ ਜੇ ਦੁਬਾਰਾ ਟਾਈਆਂ ਕੱਢਾਂਗੇ ਰੋੜੀ ਕਪੂਰੇ ਦੀ ਜਿਹੜੀ ਟੀਮ ਹੈ ਉਹ ਖੇਡ ਮੈਦਾਨ ਵਿੱਚ ਆ ਜਾਵੇ ਔਰ ਮੈਂ ਜੀਤ ਇਡਲੀ ਮੇਰਾ ਵੀਰ ਉਹ ਵਿਸ਼ੇਸ਼ ਤੌਰ 'ਤੇ ਪੁੱਜਿਆ ਨੂੰ ਬੇਨਤੀ ਕਰਦੇ ਹਾਂ ਵੀ ਸਟੇਜ 'ਤੇ ਆ ਕੇ ਬਹਿ ਜਾਵੇ ਸਾਡਾ ਵੀਰ ਜੀਤ ਇਡਲੀ ਵਾਲਾ ਜਿਹੜੀਆਂ ਟਾਈਆਂ ਕੱਢੀਆਂ ਗਈਆਂ ਉਹਨਾਂ ਦੇ ਮੈਚ ਸਾਰੇ ਓਪਨ ਦੀਆਂ ਟੀਮਾਂ ਵਾਲੇ ਧਿਆਨ ਨਾਲ ਸੁਣ ਲਓ ਇਹਦੇ ਨਾਲ ਹੀ ਅਸੀਂ ਮੈਚ ਸ਼ੁਰੂ ਕਰਾ ਦੇਣੇ ਹੈ ਪਹਿਲਾ ਮੈਚ ਹੈਗਾ ਕਲਿਆਣ ਸੁੱਖਾ ਵਰਸਿਸ ਬਾਬਾ ਭਗਵਾਨ ਦਾਸ ਕਲੱਬ ਲੰਡੇ ਦੂਜਾ ਰੋਡੇ ਏ ਵਰਸਿਸ ਰੋਡੇ ਬੀ ਤੀਜਾ ਪ੍ਰੋਫੈਸਰ ਗੁਰਦੇਵ ਸਿੰਘ ਕਲੱਬ ਜਿਉਣ ਵਾਲਾ ਵਰਸਿਸ ਗਿੱਦੜ ਚੌਥਾ ਹੈਗਾ ਬਾਬਾ ਰੁਖੜਦਾਸ ਕਲੱਬ ਭਲੂਰ ਵਰਸਿਸ ਭਾਈ ਰੂਪਾ ਬੀ ਪੰਜਵਾਂ ਮੈਚ ਹੈ ਮਹਿਮੂ ਵਾਲਾ ਵਰਸਿਸ ਖਾਰਾ ਛੇਵਾਂ ਮੈਚ ਹੈ ਸਮਾਲਸਰ ਵਰਸਿਸ ਜਿਉਣ ਵਾਲਾ ਅਤੇ ਸੱਤਵਾਂ ਮੈਚ ਹੈਗਾ ਭਾਈ ਰੂਪਾ ਵਰਸਿਸ ਰੋੜੀ ਕਪੂਰਾ ਇਹਨਾਂ ਦੀ ਲਿਸਟ ਬਣਾ ਕੇ ਜੀ ਖੇਡ ਮੈਦਾਨ ਵਿੱਚ ਪਹੁੰਚਦੀ ਕਰ ਦਿਓ ਮਾਸਟਰ ਦਲਵੀਰ ਸਿੰਘ ਜੀ ਲਿਸਟ ਆ ਰਹੀ ਹੈ ਮਿੱਤਰ ਮੰਡਲੀ ਵੱਡਾ ਧੰਨਵਾਦ ਹੈ ਮੱਖਣ ਜੱਸੜ ਜੀ ਜਿਹੜੇ ਕਿ ਬਹੁਤ ਹੀ ਪਿਆਰੇ ਵੀਰ ਹੈ ਸਾਰੇ ਵੀਰ ਜਿਹੜੇ ਮੇਰੇ ਸਤਿਕਾਰ ਦੇ ਯੋਗ ਹੈ ਕਿਉਂਕਿ ਆਏ ਸਾਲ ਇੱਥੇ ਬੁਲਾ ਕੇ ਵੱਡਾ ਮਾਣ ਕਰਦੇ ਨੇ ਔਰ ਗੁਰਤੇਜ ਸਿੰਘ ਜੀ ਸੰਧੂ ਸਾਹਿਬ ਜ਼ਿੰਦਗੀ ਦੇ ਪਰਮਿੱਤਰ ਹੈ ਪ੍ਰਧਾਨ ਸਾਹਿਬ ਉਹਨਾਂ ਦਾ ਵੀ ਵੱਡਾ ਧੰਨਵਾਦ ਕਰਾਂਗੇ ਪਰ ਹੁਣ ਜਿਹੜਾ ਮੈਚ ਖੇਡਿਆ ਜਾਣਾ ਸੈਕਿੰਡ ਸੈਮੀਫਾਈਨਲ ਮੈਚ ਇੱਕ ਪਾਸੇ ਰੋੜੀ ਕਪੂਰੇ ਪਿੰਡ ਦੀ ਟੀਮ ਹੈ ਔਰ ਇਧਰਲੇ ਹੱਥ ਜਿਹੜੀ ਟੀਮ ਹੈ ਉਹ ਆਪਣੇ ਪਿੰਡ ਦੀ ਇਸੇ ਹੀ ਪਿੰਡ ਦੀ ਸਰਾਵਾਂ ਦੀ ਟੀਮ ਹੈ ਬਾਬਾ ਜੀ ਦੇ ਨਾਂ ਤੇ ਭਰੀ ਹੋਈ ਟੀਮ ਸਾਈ ਮੇਰ ਸ਼ਾਹ ਜੀ ਦੇ ਨਾਂ ਤੇ ਭਰੀ ਹੋਈ ਟੀਮ 15.5 ਕੇ 20 ਓਕੇ ਜੀ 20.5 ਪੁਆਇੰਟ ਤੇ 21 ਪੁਆਇੰਟ 15.5 15.5 ਤੇ 16 ਕਬੱਡੀ 75 ਕਿਲੋ ਦੇ 15.5 ਤੇ 16 ਇਧਰੋਂ ਪਹਿਲੀ ਕਬੱਡੀ ਦੇ ਨਾਲ ਆਪਾਂ ਜੁੜਾਂਗੇ ਪਹਿਲੇ ਸੈਮੀਫਾਈਨਲ ਮੈਚ ਦੇ ਲਈ ਜ਼ੋਰਦਾਰ ਤਾੜੀ ਮਾਰ ਦਿਓ ਕਿਉਂਕਿ ਇਸੇ ਪਿੰਡ ਦਾ ਨੌਜਵਾਨ ਇਸ ਸਮੇਂ ਦੀਆਂ ਸਰਕਾਰਾਂ ਨੇ ਕੀਤਾ ਪ੍ਰਮੋਟ ਕਬੱਡੀ ਨੂੰ ਹਿਲਾ ਨਾ ਸਕਿਆ ਕੋਈ ਗੱਭਰੂਆਂ ਦੀ ਗੱਡੀ ਚੰਡੀ ਨੂੰ
ਕੁੜੀਆਂ ਦੇ ਵੀ ਮੈਚ ਹੁੰਦੇ ਅੱਜ ਕੱਲ ਲੱਖ ਕਰੋੜਾਂ ਦੇ ਕਮਲ ਸਰਾਮਾ ਚਰਚੇ ਇਹ ਫੁਰਤੀ ਤੇ ਜੋਰਾਂ ਦੇ ਕਮਲ ਸਰਾਮਾ ਚਰਚੇ ਫੁਰਤੀ ਤੇ ਜੋਰਾਂ ਦੇ ਇਧਰੋਂ 100 ਰੁਪਇਆ ਹੋਵੇਗਾ ਸੁਖਮੰਦਰ ਫੌਜੀ ਜੀ ਵੱਲੋਂ ਜੇਕਰ ਪੁਆਇੰਟ ਸਾਡਾ ਵੀ ਰਮਨ ਲਵੇਗਾ ਇਧਰੋਂ ਮੱਖਣ ਜੱਸੜ ਜੀ ਇਧਰੋਂ ਸਾਡਾ ਵੀਰ ਬਹੁਤ ਸਾਰਾ ਮਾਣ ਸਾਡੇ ਸਤਿਕਾਰ ਦੇ ਯੋਗ ਜੱਸਰ ਪਰਿਵਾਰ ਦੇ ਮੱਖਣ ਸਿੰਘ ਜੀ ਉਹਨਾਂ ਵੱਲੋਂ ਸਾਡੇ ਬੋਲਾਂ ਤੋਂ ਖੁਸ਼ ਹੋ ਕੇ ਪੁੱਜਿਆ ਗਿਆ ਆਪਾਂ ਧੰਨਵਾਦ ਕਰਾਂਗੇ ਲਓ ਇਸਨੇ ਗੋਪੀ ਨੌਜਵਾਨ ਰੋੜੀ ਪੂਰੇ ਪਿੰਡ ਦਾ ਮਾਰ ਪੜਦੇ ਥਾਪੀ ਅੱਗੇ ਨੂੰ ਵਧਿਆ ਉਧਰ ਚਾਰ ਜਾਫੀ ਹੈ ਹੁਣ ਵੇਖੋ ਕਿਸ ਗੱਭਰੂ ਦੇ ਨਾਲ ਹੱਥ ਜੁੜਨਗੇ ਸਮੇਂ ਦਾ ਕੀ ਇਸ਼ਾਰਾ ਹੋਣਾ ਹੈ ਲੈ ਵੀ ਲੱਖਿਆ ਕਹਿੰਦੇ ਵੱਡਾ ਮਾਣ ਜਿੱਤਿਆ ਇਸ ਨੌਜਵਾਨ ਨੇ ਤਾੜੀ ਮਾਰੋ ਫੜਿਆ ਗਿੱਟਾ ਇਸ ਜਾਫੀ ਦੇ ਲਈ ਬਾਬੇ ਗੱਜਣ ਸਿੰਘ ਦੇ ਪੋਤਰੇ ਦਾ ਆਪਾਂ ਵੱਡਾ ਧੰਨਵਾਦ ਕਰਾਂਗੇ ਇਸ ਸਮੇਂ ਸੋ ਹਲਕੀ ਚੋਟ ਮਹਿਸੂਸ ਕਰਦਾ ਹੋਇਆ ਖਿਡਾਰੀ ਇਧਰੋਂ ਸੁਖਮੰਦਰ ਫੌਜੀ ਜੀ ਵੱਡਾ ਮਾਣ ਭੇਜਦੇ ਨੇ ਇਸ ਲੱਖੇ ਦੇ ਵਾਸਤੇ ਕਹਿੰਦੇ ਲੋਗੂ ਦਾ ਛੋਟਾ ਵੀਰ ਹੈ ਚੱਲ ਵੀ ਜਵਾਨਾ ਸੰਦੀਪ ਓਪਨ ਦਾ ਜਿਹੜਾ ਪਹਿਲਾ ਮੈਚ ਖੇਡਿਆ ਜਾਵੇਗਾ ਕਲਿਆਣ ਸੁੱਖਾ ਵਰਸਿਸ ਬਾਬਾ ਭਗਵਾਨ ਦਾਸ ਕਬੱਡੀ ਕਲੱਬ ਲੰਡੇ ਰੋਡੇ ਏ ਤੇ ਰੋਡੇ ਬੀ ਨਾਲ ਹੀ ਇਹ ਚਾਰੇ ਟੀਮਾਂ ਖੇਡ ਮੈਦਾਨ ਦੇ ਵਿੱਚ ਪਹਿਲੇ ਮੈਚ ਦੇ ਲਈ ਆ ਜਾਣ ਇੱਕ ਪਾਸੇ ਪੁਆਇੰਟ ਮੈਨੂੰ ਲੱਗਦਾ ਵੀ ਸ਼ਕੂਰ ਵਾਲਿਆ ਨੌਜਵਾਨਾਂ ਮੈਨੂੰ ਲੱਗਦਾ ਪੁਆਇੰਟ ਜਿਹੜਾ ਉਧਰ ਇਸ਼ਾਰਾ ਜਿਹੜਾ ਅੰਪਾਇਰ ਦਾ ਜੀ ਰੇਡਰ ਦੇ ਵੱਲ ਹੈ ਜ਼ੋਰਦਾਰ ਤਾੜੀ ਮਾਰੋ ਗੁੱਡ ਜਜਮੈਂਟ ਇਹ ਗੁੱਡ ਜਜਮੈਂਟ ਹੈ ਇੱਥੇ ਪਤਾ ਲੱਗਦਾ ਹੈ ਮੱਖਣ ਜੀ ਪਟਾਕੇ ਪੈਂਦੇ ਨੇ ਕਾਕੇ ਖਹਿੰਦੇ ਨੇ ਅੱਜ ਦੇਖੋ ਕੌਣ ਜਿੱਤਦਾ ਇਸ ਕਬੱਡੀ ਕੱਪ ਨੂੰ ਇਧਰੋਂ ਨੌਜਵਾਨ ਬਿੱਕਾ ਆ ਗਿਆ ਕਬੱਡੀ ਪਾਉਣ ਰੋੜੀ ਕਪੂਰੇ ਪਿੰਡ ਦਾ ਇਧਰੋਂ ਵਿਕੇ ਦੀ ਪਈ ਹੋਈ ਕਬੱਡੀ ਲੈ ਵੀ ਅਮਰ ਬਾਈ ਪਾਸੇ ਹੋ ਕੇ ਬਹਿ ਜਾ ਕਿਉਂਕਿ ਸਾਡੇ ਦਰਸ਼ਕ ਵੀਰ ਇਧਰੋਂ ਮੈਚਾਂ ਦਾ ਆਨੰਦ ਮਾਣਦੇ ਹੈ ਇਧਰੋਂ ਗਿੱਟੇ ਫੜੇ ਗਏ ਨੇ ਸਤਨਾਮ ਤੇ ਅਮਨ ਦੋ ਵੀਰ ਹੈ ਪਰ ਸਰਾਮਾ ਵਾਲਾ ਸਤਨਾਮ ਹੈ ਇਸ ਸਮੇਂ ਕਹਿੰਦੇ ਜੱਫਾ ਲਾਉਣ ਦੀ ਪੂਰੀ ਕੋਸ਼ਿਸ਼ ਕਰਦਾ ਹੋਇਆ ਖੇਡ ਮੈਦਾਨ ਵਿੱਚ ਬੱਲੇ ਬੱਲੇ ਹੁੰਦੀ ਪਈ ਹੈ ਤੇ ਇਸ ਨੌਜਵਾਨ ਸਤਨਾਮ ਦੇ 100 ਰੁਪਇਆ ਮੱਖਣ ਜੱਸੜ ਜੀ ਹੋਰਾਂ ਵੱਲੋਂ ਇਹ ਜੱਫੇ ਤੋਂ ਖੁਸ਼ ਹੋ ਕੇ ਬਹੁਤ ਸਾਰਾ ਮਾਣ ਸੁਖਮੰਦਰ ਫੌਜੀ ਜੀ ਵੱਲੋਂ ਇਧਰੋਂ ਮੱਖਣ ਜੱਸੜ ਜੀ ਅਮਰ ਨੂੰ ਦੇ ਦਿਓ ਉਸ ਜਾਫੀ ਦਾ 100 ਰੁਪਇਆ ਕਬੱਡੀ ਓਪਨ ਦੀਆਂ ਪਹਿਲੇ ਮੈਚ ਦੀਆਂ ਟੀਮਾਂ ਗਰਾਊਂਡ ਦੇ ਵਿੱਚ ਆ ਜਾਣ ਕਬੱਡੀ ਓਪਨ ਕਲਿਆਣ ਸੁੱਖਾ ਵਰਸਿਸ ਬਾਬਾ ਭਗਵਾਨ ਦਾਸ ਕਲੱਬ ਲੰਡੇ ਇਹ ਦੋਨੋਂ ਟੀਮਾਂ ਗਰਾਊਂਡ ਤੇ ਆ ਜਾਣ ਗੋਲਾ ਸਰਾਮਾ ਵਾਲਾ ਪੁਆਇੰਟ ਲੈ ਕੇ ਵਾਪਸ ਆਪਣੀ ਟੀਮ ਦੇ ਲਈ ਭੱਜਿਆ ਜਾਂਦਾ ਹੈ ਚੱਲ ਵੀ ਜਵਾਨਾ ਇਧਰ ਕਹਿੰਦੇ ਨੌਜਵਾਨ ਬਿੱਕਾ ਹੈ ਤੇ ਨਾਲ ਵਿੱਕੀ ਖਾਰੇ ਵਾਲਾ ਕੋਸ਼ਿਸ਼ ਕਰਦਾ ਹੋਇਆ ਮੈਦਾਨ ਵਿੱਚ ਜੱਫਾ ਲਾਉਣ ਦੀ ਬੱਲੇ ਬੱਲੇ ਹੋ ਗਈ ਮਿੱਤਰੋ ਪੁਆਇੰਟ ਜਿਹੜਾ ਤਾਦੀ ਦਾ ਅਗਲੀਆਂ ਪਹਿਲੇ ਮੈਚ ਦੇ ਓਪਨ ਮੈਚ ਦੀਆਂ ਜਿਹੜੀਆਂ ਟੀਮਾਂ ਨੇ ਕਲਿਆਣ ਸੁੱਖਾ ਵਰਸਿਸ ਬਾਬਾ ਭਗਵਾਨ ਦਾਸ ਕਬੱਡੀ ਕਲੱਬ ਲੰਡੇ ਇਹ ਜਿਹੜੀਆਂ ਦੋਹੇ ਟੀਮਾਂ ਪਹਿਲੇ ਮੈਚ ਦੇ ਪਹਿਲੇ ਮੈਚ ਦੇ ਲਈ ਓਪਨ ਦੇ ਪਹਿਲੇ ਮੈਚ ਦੀਆਂ ਦੋਹੇ ਟੀਮਾਂ ਖੇਡ ਮੈਦਾਨ ਦੇ ਵਿੱਚ ਪੁੱਜਣ ਸੰਦੀਪ ਸਾਹੋਵਾਲਾ ਤੇ ਨੰਬਰ ਰੇਡਰ ਨੂੰ ਮਿਲਿਆ ਦਾ ਪੈਰ ਜਿਹੜਾ ਬਾਹਰ ਹੋ ਗਿਆ ਇਧਰੋਂ ਇਸ਼ਾਰਾ ਹੈ ਪੁਆਇੰਟ ਦਾ ਬਈ ਪੁਆਇੰਟ ਦੇ ਗੋਪੀ ਨੌਜਵਾਨ ਦੀ ਪੈਂਦੀ ਹੋਈ ਕਬੱਡੀ ਦੇ ਨਾਲ ਆਪਾਂ ਫਿਰ ਜੁੜਾਂਗੇ ਚਾਰ ਜਾਫੀ ਹੈ ਇੱਕ ਪਾਸੇ ਕਹਿੰਦੇ ਗੁਰਦੇਵ ਸਿੰਘ ਦਾ ਸਪੁੱਤਰ ਬਾਬੇ ਗੱਜਣ ਸਿੰਘ ਦਾ ਪੁੱਤ ਪੂਰੀ ਕੋਸ਼ਿਸ਼ ਕਰਦਾ ਹੈ ਪਰ ਪੁਆਇੰਟ ਜਿਹੜਾ ਰੇਡਰ ਨੂੰ ਮਿਲਿਆ ਕਿਉਂਕਿ ਫੁਰਤੀ ਦੀ ਖੇਡ ਕਬੱਡੀ ਕਿ ਜੋਸ਼ ਕੋਸ਼ ਦੀ ਹੁੰਦੀ ਯਾਰ ਉਹ ਖੇਡ ਕਬੱਡੀ ਦੀ ਜਿਹੜੇ ਜੋ ਰਵਾਲੇ ਨੂੰ ਜਾਫੀ ਢਾਈ ਜਾਂਦੇ ਨੇ
ਸਾਡੇ ਗੁਰਦੀਪ ਸੌਣ ਜੀ ਇਸ ਮਾਈਕ ਹੈਲੋ ਚੱਲ ਵੀ ਵਿਕਿਆ ਪਾ ਜਵਾਨਾਂ ਕਬੱਡੀ ਇਧਰੋਂ ਵਿਕਾ ਨੌਜਵਾਨ ਫੇਰ ਮੈਦਾਨ ਵਿੱਚ ਦੁੱਖ ਦੇ ਮੈਦਾਨਾਂ ਵਿੱਚ ਜਿਵੇਂ ਜੰਗਲਾਂ ਚ ਸ਼ੇਰ ਸਤਨਾਮ ਦੇ ਲਈ ਬਹੁਤ ਸਾਰਾ ਪਿਆਰ ਹੈ ਮਾਨ ਸਨਮਾਨ ਜਿਹੜੇ ਕਰਦੇ ਨੇ ਆ ਹੈ ਸੰਦੀਪ ਹੈਲੋ ਹੈਲੋ ਓਪਨ ਦੇ ਪਹਿਲੇ ਮੈਚ ਦੀਆਂ ਦੋਹੇ ਟੀਮਾਂ ਖੇਡਣ ਆ ਜਾਣ ਓਪਨ ਭਾਰਤ ਦੇ ਪਹਿਲੇ ਮੈਚ ਦੋਹੇ ਟੀਮਾਂ ਜਿਹੜੀਆਂ ਕਬੱਡੀ ਦੇ ਮਹਾਨ ਖਿਡਾਰੀ ਪੁੱਜੇ ਹੋਏ ਨੇ ਕਲਿਆਣ ਸੁੱਖਾ ਵਰਸਿਸ ਬਾਬਾ ਭਗਵਾਨ ਦਾਸ ਕਬੱਡੀ ਕਲੱਬ ਲੰਡੇ ਰੋਡੇ ਏ ਤੇ ਰੋਡੇ ਬੀ ਇਹ ਜਿਹੜੀਆਂ ਟੀਮਾਂ ਦੇ ਖਿਡਾਰੀ ਆਪਣੇ ਆਪ ਨੂੰ ਤਿਆਰ ਕਰਕੇ ਖੇਡ ਮੈਦਾਨ ਦੇ ਵਿੱਚ ਆ ਜਾਣ ਇਧਰੋਂ ਨੌਜਵਾਨ ਗੋਪੀ ਰੋੜੀਕਪੁਰੇ ਵਾਲਾ ਨੌਜਵਾਨ ਖਿਡਾਰੀ ਮੈਦਾਨ ਵਿੱਚ ਵੱਧ ਕੇ ਪਾਉਂਦਾ ਹੋਇਆ ਕਬੱਡੀ ਚਾਰ ਜਾਫੀਆਂ ਵਿੱਚੋਂ ਕਹਿੰਦੇ ਬਾਬੇ ਗੱਜਣ ਸਿੰਘ ਦੇ ਪੋਤਰੇ ਨਾਲ ਇਸ ਸਮੇਂ ਮੁਕਾਬਲਾ ਸਖ਼ਤ ਹੈ ਹੁਣ ਦੇਖੋ ਵੀ ਰੱਖਿਆ ਧੌਣ ਉੱਤੇ ਹੱਥ ਸਿੱਧਾ ਖੁੱਚ ਵਿੱਚ ਫੜਦਾ ਇਸ ਗੱਭਰੂ ਕੋਲ ਤਾਂ ਲਗਾ ਨੇ ਬੜੇ ਲੱਖਾਂ ਸਰਾਵਾਂ ਦਾ ਧਾਵੀ ਦੁਨੀਆਂ ਦੇ ਸ਼ੌਹਰੀ ਫੜੇ